نكا حمید مجید اللهم بارك على محمد وعلى آل محمد كما باركت على إبراهيم وعلى آل إبراهيم إنك حميد مجيد رب اشرح لي صدري ويسر لي امري رب اشرح لي صدري ويسر لي امري واحلل عقدة من لساني يفقه قولي فأعوذ بالله من الشيطان الرجيم بسم الله الرحمن الرحيم لقد من الله على المؤمنين إذ بعث فيهم رسولا من أنفسهم يتلو عليهم آياته ويزكيهم ويعلمهم الكتاب والحكمة وإن كانوا من قبل لفي ضلال مبين سبحان ربك رب العزة عما يصفون وسلام على المرسلين والحمد لله العالمين لقد من الله على المؤمنين البتہ تحقیق احسان فرمایا اللہ تعالیٰ نے ایمان والوں پر اذ بعث فیہم رسولا من انفسہم جس وقت کے مبعوث فرمایا اس نے ان میں ایک ایسا معظم رسول جو ان کی جانوں سے ہے یتلو علیہم آیاتہ جو تلاوت کرتا ہے ان پہ ان پر ان کی اس کی آیتیں ویزکیہم اور پاک کرتا ہے ان کو یعنی کفر اور شرک سے ویعلمہم الکتاب والحکمہ اور تعلیم دیتا ہے ان کو کتاب کی اور حکمت کی وَإِن كَانُوا مِن قَبْلُ لَفِي ضَلَالٍ مُبِينٍ اور یقیناً تھے وہ اس سے پہلے البتہ گمراہی ظاہر میں اس دنیا دے اندر جو چیز ساڈے واسطے نعمت ہے اور اس دا حاصل ہونا اس دا وصول ہونا ساڈے واسطے بحث مسرت ہے بحث خوشی ہے وہ شے جس وقت ساڈے ہاتھ وچوں نکل جائے گی جاندار ہے تے موت دی آغوش وچ آ گئی اگر غیر جاندار ہے تے کسے ہور آفت دی زد وچ آ گئی بہرحال وہ نعمت جدو ساڈیاں ہتھاں وچوں نکل جائے گی جیڑی نعمت کہ ساڈے واسطے اس دنیا وچ خوشی دا سبب ہے
ਉਹ ਫਿਰ ਜਿਸ ਵਕਤ ਸਾਡੇ ਹੱਥੋਂ ਨਿਕਲ ਜਾਏਗੀ ਤਾਂ ਫਿਰ ਇਹ ਤਬੀ ਅਤੇ ਕੁਦਰਤੀ ਬਾਤ ਹੈ ਕਿ ਜਿੰਨੀ ਸਾਨੂੰ ਉਸਦੇ ਹਾਸਲ ਹੋਣ ਦੀ ਖੁਸ਼ੀ ਹੈ ਉਹਦੇ ਨਾਲੋਂ ਕਿਤੇ ਜ਼ਿਆਦਾ ਉਹਦੇ ਚਲੇ ਜਾਣ ਦਾ ਸਾਨੂੰ ਦੁੱਖ ਪਹੁੰਚਦਾ, ਸਦਮਾ ਪਹੁੰਚਦਾ। ਇਹ ਬਾਤ ਐਸੀ ਹੈ ਕਿ ਜਿਹੜੀ ਹਰ ਕਿਸੇ ਨੂੰ ਸਮਝ ਆਉਂਦੀ ਅਤੇ ਜਿਸ ਬਾਤ ਨੂੰ ਹਰ ਇਨਸਾਨ ਤਸਲੀਮ ਕਰਦਾ ਕਿ ਜਿਹੜੀ ਸ਼ੈ ਸਾਡੇ ਵਾਸਤੇ ਖੁਸ਼ੀ ਦਾ ਸਬੱਬ ਹੈ ਉਹ ਸ਼ੈ ਜਦੋਂ ਸਾਡਿਆਂ ਹੱਥਾਂ 'ਚੋਂ ਨਿਕਲ ਜਾਏਗੀ ਅਤੇ ਫਿਰ ਉਹ ਸਾਡੇ ਵਾਸਤੇ ਗਮੀ ਦਾ ਸਬੱਬ, ਉਹਦਾ ਸਾਨੂੰ ਸਦਮਾ ਪਹੁੰਚਦਾ ਹੈ, ਦੁੱਖ ਪਹੁੰਚਦਾ ਹੈ, ਗਮ ਪਹੁੰਚਦਾ। ਇਹਦੀ ਆਵਾਜ਼ ਨਰਮ ਕਰੋ ਬਈ ਜਰਾ। ਉਹਦਾ ਸਾਨੂੰ ਸਦਮਾ ਪਹੁੰਚਦਾ। ਮਿਸਾਲ ਦੇ ਤੌਰ ਉੱਤੇ ਕਿਸੇ ਸ਼ਖਸ ਨੂੰ ਅੱਲਾਹ ਦੀ ਜ਼ਾਤ ਬੱਚਾ ਅਨਾਇਤ ਫਰਮਾਉਂਦੇ ਨੇ। ਜਿਸ ਵੇਲੇ ਉਹ ਬੱਚਾ ਅੱਲਾਹ ਦੀ ਜ਼ਾਤ ਅਨਾਇਤ ਕਰਦੇ ਨੇ ਤਾਂ ਉਸ ਬੱਚੇ ਦੀ ਆਮਦ ਉੱਤੇ, ਉਹਦੀ ਵਲਾਦਤ ਉੱਤੇ ਸਾਰੇ ਅਹਿਲ ਖਾਨਾ, ਉਸਦਾ ਮਾਂ ਬਾਪ, ਉਸਦੇ ਭੈਣਾਂ ਭਰਾ, ਉਸਦੇ ਚਾਚੇ ਤਾਏ, ਉਸਦੀਆਂ ਫੁੱਫੀਆਂ ਮਾਸੀਆਂ ਔਰ ਉਸ ਘਰ ਨਾਲ ਸਾਰੇ ਤਾਲਕ ਰੱਖਣ ਵਾਲਿਆਂ ਨੂੰ ਖੁਸ਼ੀ ਹੁੰਦੀ ਔਰ ਉਹਦੇ ਮੁਤੱਲਕੀਨ ਜਿਹੜੇ ਨੇ ਉਹਦੇ ਮਾਂ ਬਾਪ ਨੂੰ ਮੁਬਾਰਕ ਦਿੰਦੇ ਨੇ, ਬਸ਼ਾਰਤਾਂ ਦਿੰਦੇ ਔਰ ਘਰ ਵਾਲੇ ਉਹ ਵੀ ਆਪਣੀ ਬਿਸਾਤ ਦੇ ਮੁਤਾਬਕ, ਆਪਣੇ ਰਸਮੋ ਰਿਵਾਜ ਦੇ ਮੁਤਾਬਕ ਉਹਦੀ ਵਲਾਦਤ ਉੱਤੇ ਖੁਸ਼ੀ ਦਾ ਇਜ਼ਹਾਰ ਕਰਦੇ। ਹੁਣ ਇਹ ਬੱਚਾ ਜਿਹਦੀ ਵਲਾਦਤ 'ਤੇ ਸਾਰੇ ਖਾਨਦਾਨ ਵਿੱਚ ਖੁਸ਼ੀ ਹੈ, ਇਸ ਘਰ ਨਾਲ ਤਾਲਕ ਰੱਖਣ ਵਾਲਿਆਂ ਵਿੱਚ ਖੁਸ਼ੀ, ਇਹ ਬੱਚਾ ਥੋੜ੍ਹੀ ਮੁੱਦਤ ਦੇ ਬਾਅਦ ਅੱਲਾ ਨੂੰ ਪਿਆਰਾ ਹੋ ਜਾਂਦਾ, ਰੱਬ ਵੱਲੋਂ ਸੱਦਾ ਆ ਜਾਂਦਾ। ਜਿਸ ਬੱਚੇ ਨੂੰ ਖੁਸ਼ੀ ਨਾਲ ਘਰ ਦੇ ਜੀ ਕਦੀ ਕੋਈ ਛਾਤੀ ਨਾਲ ਲਾਉਂਦਾ, ਕਦੀ ਕੋਈ ਹੱਥਾਂ 'ਤੇ ਉਠਾਈ ਫਿਰਦਾ, ਉਸ ਬੱਚੇ ਨੂੰ ਅੱਜ ਨਵਾ ਧੁਆ ਕੇ ਅਤੇ ਉਹਦਾ ਬਾਪ ਹੱਥਾਂ 'ਤੇ ਪਾ ਕੇ ਕਬਰਾਂ ਨੂੰ ਲਈ ਜਾਂਦਾ। ਹੁਣ ਤੁਸੀਂ ਫੈਸਲਾ ਕਰੋ ਕਿ ਇਹ ਜਿਸ ਬੱਚੇ ਦੀ ਸਾਰਿਆਂ ਨੂੰ ਖੁਸ਼ੀ ਅਤੇ ਚਾਸ, ਮੁਬਾਰਕਾਂ ਵਸੂਲ ਹੋ ਰਹੀਆਂ ਸੀ, ਮੂੰਹ ਮਿੱਠੇ ਕਰਾਏ ਜਾ ਰਹੇ ਸਨ, ਉਸ ਬੱਚੇ ਦੇ ਫੌਤ ਹੋਣ ਦੇ ਬਾਅਦ ਵੀ ਖੁਸ਼ੀ ਦਾ ਕੋਈ ਪਹਿਲੂ ਇਹਨਾਂ 'ਚ ਬਾਕੀ ਰਹਿ ਜਾਵੇ। ਹੁਣ ਬਜਾਏ ਖੁਸ਼ੀ ਦੇ ਇਹ ਸਾਰੇ ਮੁਤੱਲਕੀਨ ਜਿਹੜੇ ਨੇ ਇਸ ਨੌ ਮੌਲੂਦ ਦੇ, ਇਹ ਗਮ ਵਿੱਚ ਨੇ, ਇਹ ਸਦਮੇ ਵਿੱਚ ਨੇ। ਇਹਨਾਂ ਨੂੰ ਜਿਸ ਬੱਚੇ ਦਾ ਕੱਲ ਚਾਅ ਸੀ, ਅੱਜ ਉਸ ਬੱਚੇ ਦੇ ਚਲੇ ਜਾਣ ਦਾ ਗਮ ਅਤੇ ਸਦਮਾ। ਹਜ਼ਰਤ ਮੁਹੰਮਦ ਕਰੀਮ ਸੱਲੱਲਾ ਅਲੈਹਿ ਸੱਲਮ, ਇਬਰਾਹੀਮ ਅੱਲਾ ਦੀ ਜ਼ਾਤ ਨੇ ਪੁੱਤਰ ਦਿੱਤਾ, ਜਿਸ ਦਾਈ ਨੇ ਆ ਕੇ ਬਸ਼ਾਰਤ ਤੇ ਮੁਬਾਰਕ ਦਿੱਤੀ ਉਹਨੂੰ ਸਰਕਾਰ ਨੇ ਇੱਕ ਗੁਲਾਮ ਅਨਾਇਤ ਫਰਮਾਇਆ ਕਿ ਤੂੰ ਮੈਨੂੰ ਬੱਚੇ ਦੀ ਮੁਬਾਰਕ ਦਿੱਤੀ ਹੈ, ਬਸ਼ਾਰਤ ਦਿੱਤੀ ਹੈ, ਇਹ ਲੈ ਤੈਨੂੰ ਗੁਲਾਮ ਦਿੱਤਾ। ਬੜੀ ਖੁਸ਼ੀ ਹੈ, ਬੜਾ ਚਾਅ ਹੈ। ਜਿਸ ਘਰ ਵਿੱਚ ਦੁੱਧ ਪੀਣ ਵਾਸਤੇ ਦਿੱਤਾ, ਸਰਕਾਰ ਆਪਣੇ ਬੱਚੇ ਨੂੰ ਮਿਲਣ ਵਾਸਤੇ
ਉਸ ਘਰ ਵਿੱਚ ਜਾਂਦੇ ਨੇ, ਉਹ ਘਰ ਲੁਹਾਰਾਂ ਦਾ ਜਿੱਥੇ ਹਰ ਵੇਲੇ ਦੁਕਾਨ ਗਰਮ ਰਹਿੰਦਾ ਤੇ ਉਸ ਘਰ ਵਿੱਚ ਧੂੰਆਂ ਆਮ ਹੈ। ਸਿਆਬੀ ਦਾ ਬਿਆਨ ਹੈ ਕਿ ਬੱਚੇ ਨਾਲ ਸਰਕਾਰ ਨੂੰ ਇੰਨਾ ਪਿਆਰ ਹੈ ਕਿ ਬਾਵਜੂਦ ਧੂੰਏ ਦੀ ਤਕਲੀਫ ਦੇ ਤੇ ਧੂੰਏ ਕੋਲੋਂ ਸਰਕਾਰ ਨੂੰ ਨਫ਼ਰਤ ਸੀ, ਲੇਕਿਨ ਉਸ ਧੂੰਏ ਵਿੱਚ ਸਰਕਾਰ ਆਪਣੇ ਬੱਚੇ ਨੂੰ ਲੈ ਕੇ ਕਿੰਨਾ ਕਿੰਨਾ ਚਿਰ ਬੈਠੇ ਰਹੇ। ਬੜੀ ਖੁਸ਼ੀ ਹੈ, ਬੜਾ ਚਾਅ, ਮਗਰ ਇਹ ਬੱਚਾ ਅਜੇ ਦੁੱਧ ਦੀ ਮੁੱਦਤ ਪੂਰੀ ਨਹੀਂ ਕਰ ਸਕਿਆ ਤੇ ਅੱਲਾ ਵੱਲੋਂ ਸੱਦਾ ਆ ਗਿਆ, ਬੁਲਾਵਾ ਆ ਗਿਆ। ਹੁਣ ਹਦੀਸ ਦੇ ਲਫ਼ਜ਼ ਨੇ ਕਿ ਸਰਕਾਰ ਆਪਣੇ ਇਸ ਬੱਚੇ ਨੂੰ ਉਸ ਹਾਲਤ ਵਿੱਚ, ਜਿਸ ਹਾਲਤ ਵਿੱਚ ਕਿ ਬੱਚਾ ਅੱਲਾ ਨੂੰ ਆਪਣੀ ਜਾਨ ਦੇ ਰਿਹਾ, ਆਖਰੀ ਸਾਹਾਂ ਉੱਤੇ ਇੰਜ ਗੋਦ ਵਿੱਚ ਲੈ ਕੇ ਬੈਠੇ, ਸਰਕਾਰ ਆਪਣੀ ਝੋਲੀ ਵਿੱਚ ਲੈ ਕੇ ਬੈਠੇ ਤੇ ਬੱਚੇ ਨੂੰ ਮੁਖਾਤਬ ਕਰਕੇ ਫਰਮਾਉਂਦੇ ਨੇ ਕਿ ਅਲ ਆਇਨ ਤਦਮਾਓ ਵਲ ਕਲਬੋ ਯਹਦਨ, ਬੇਟਾ ਤੇਰੇ ਫਿਰਾਕ ਤੇ ਜੁਦਾਈ ਦਾ ਤੇਰੇ ਅੱਬੇ ਦੇ ਦਿਲ ਉੱਤੇ ਇੰਨਾ ਅਸਰ ਹੈ ਕਿ ਤੇਰੇ ਬਾਪ ਦੀਆਂ ਅੱਖਾਂ ਰੋ ਰਹੀਆਂ ਨੇ ਤੇ ਦਿਲ ਜਿਹੜਾ ਤੇਰੇ ਬਾਪ ਦਾ ਇਹ ਗਮ ਨਾਲ ਭਰਨ ਡਿਆ। ਇਹ ਖੁਦ ਸਰਕਾਰ ਨੇ ਉਸ ਮੌਕਾ ਉੱਤੇ ਫਰਮਾਇਆ ਆਪਣੀ ਜ਼ਬਾਨ ਮੁਬਾਰਕ ਨਾਲ, ਜਦੋਂ ਆਪਦਾ ਬੇਟਾ ਹਜ਼ਰਤ ਇਬਰਾਹੀਮ ਇਸ ਦੁਨੀਆ ਤੋਂ ਰੁਖਸਤ ਹੋ ਰਿਹਾ, ਇੰਜ ਗੋਦ ਵਿੱਚ ਲਿਆ ਹੋਇਆ ਤੇ ਫਰਮਾਉਂਦੇ ਨੇ ਅੱਖਾਂ ਰੋ ਰਹੀਆਂ ਨੇ ਤੇ ਦਿਲ ਗਮਨਾਕ ਹੋ ਰਿਹਾ। ਇੰਨਾ ਬੇਫਰਾਕ ਕਾ ਯਾ ਇਬਰਾਹੀਮ ਨਾ ਮਹਜ਼ੂਨ, ਪੁੱਤਰਾ ਅਸੀਂ ਤੇਰੀ ਜੁਦਾਈ ਵਿੱਚ ਗਮ ਵਿੱਚ। ਇਹ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਬੱਚੇ ਦੇ ਰੁਖਸਤ ਹੋਣ ਦੇ ਮੌਕਾ ਤੇ ਆਪਣੇ ਦਿਲ ਦੀ ਕੈਫੀਅਤ ਦਾ ਇਜ਼ਹਾਰ ਕੀਤਾ। ਤੋ ਮੇਰੀ ਗੁਜ਼ਾਰਿਸ਼ ਦਾ ਮਕਸਦ ਇਹ ਹੈ ਕਿ ਜਿਹੜੀ ਚੀਜ਼ ਇਸ ਦੁਨੀਆ ਵਿੱਚ ਸਾਡੇ ਲਈ ਨੇਮਤ, ਖੁਸ਼ੀ ਦਾ ਸਬੱਬ ਹੈ, ਉਹਦੇ ਮਿਲ ਨਾਲ ਸਾਡੇ ਦਿਲ ਨੂੰ ਚਾਅ ਆਉਂਦਾ, ਉਹ ਸ਼ੈ ਜਦੋਂ ਅੱਲਾ ਸਾਡੇ ਕੋਲੋਂ ਕਿਸੇ ਵੀ ਬਹਾਨੇ ਨਾਲ ਲੈ ਜਾਏਗਾ, ਸਾਡੇ ਹੱਥੋਂ ਚਲੀ ਜਾਏਗੀ ਤੇ ਉਹਦਾ ਫਿਰ ਸਾਡੇ ਦਿਲ ਉੱਤੇ ਅਸਰ ਪੈਣਾ, ਸਾਡਾ ਗਮ ਜ਼ਦਾ ਹੋਣਾ, ਸਾਡੇ ਦਿਲ ਦਾ ਮੁਤਾਸਰ ਹੋਣਾ, ਇਹ ਤਬੀ ਤੇ ਕੁਦਰਤੀ ਬਾਤ ਹੈ। ਇਹ ਹੁਣ ਇੱਕ ਅਸੂਲੀ ਜੀ ਬਾਤ ਹੈ ਜਿਹਦਾ ਮੁਸ਼ਾਹਦਾ ਤਸਦੀਕ ਕਰਦਾ ਤੇ ਕੋਈ ਇਸ ਬਾਤ ਦਾ ਇਨਕਾਰ ਨਹੀਂ ਕਰ ਸਕਦਾ। ਇਹਦੇ ਤੇ ਬੜੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ, ਮਗਰ ਇਸ ਇੱਕ ਗੱਲ ਨਾਲ ਹੀ ਤੁਸੀਂ ਸਾਰੇ, ਅਗਰ ਮਿਸਾਲ ਨਾ ਵੀ ਦਿੱਤੀ ਜਾਂਦੀ ਤੇ ਇਹ ਗੱਲ ਮੁਸਲਮਾ ਹੈ ਤੇ ਸਾਰੇ ਨਾਲ ਵਾਹ ਇਸ ਬਾਤ ਦਾ ਕਿ ਜਿਹੜੀ ਸ਼ੈ ਅੱਜ ਲੱਭੀ ਹੈ ਤੇ ਚਾਹ, ਉਹ ਸ਼ੈ ਕੱਲ ਜਦੋਂ ਸਾਡੇ ਹੱਥੋਂ ਨਿਕਲ ਜਾਏਗੀ ਤੇ ਉਹਦਾ ਗਮ ਤੇ ਸਦਮਾ। ਮੇਰੇ ਦੋਸਤ ਔਰ ਬਜ਼ੁਰਗੋ, ਅੱਲਾ ਦੀ ਜ਼ਾਤ ਨੇ ਬਣੀ ਨਾ ਉਹ ਇਨਸਾਨ ਨੂੰ ਬੜੀਆਂ ਬੜੀਆਂ ਨੇਮਤਾਂ ਦਿੱਤੀਆਂ, ਅਣਗਿਣਤ ਤੇ ਬੇਸ਼ੁਮਾਰ ਨੇਮਤਾਂ ਦਿੱਤੀਆਂ, ਛੋਟੀਆਂ ਨੇਮਤਾਂ ਦਿੱਤੀਆਂ, ਬੜੀਆਂ ਤੋਂ ਬੜੀਆਂ ਨੇਮਤਾਂ ਦਿੱਤੀਆਂ ਔਰ ਦਿੱਤੀਆਂ ਵੀ ਅਣਗਿਣਤ। ਕੁਰਾਨ ਪਾਕ ਵਿੱਚ 14ਵੇਂ ਸਪਾਰੇ ਵਿੱਚ ਅੱਲਾ ਦੀ ਜ਼ਾਤ ਇਸ ਬਾਤ ਦੀ ਖਬਰ ਦਿੰਦੇ, ਫਰਮਾਇਆ ਵੈਨ ਤਉਦੂ ਨੇਮਤ ਅੱਲਾਹ ਲਾ ਤੁਹਸੂਹਾ, ਐ ਇਨਸਾਨ ਅਸਾਂ ਤੈਨੂੰ ਇੰਨੀਆਂ ਨੇਮਤਾਂ ਨੈਤ ਫਰਮਾ ਦਿੱਤੀਆਂ ਨੇ ਕਿ ਅਗਰ ਤੂੰ ਉਹਨਾਂ ਦਾ ਸ਼ੁਮਾਰ ਕਰੇ, ਉਹਨਾਂ ਨੂੰ ਗਿਣਨਾ ਚਾਹੇ ਤੇ ਫਰਮਾਇਆ ਤੂੰ ਉਹਨਾਂ ਦਾ ਸ਼ੁਮਾਰ ਨਹੀਂ ਕਰ ਸਕਦਾ, ਤੇਰੀ ਤਾਕਤ ਤੋਂ ਮਸਲਾ ਉੱਚਾ ਹੈ।
یعنی تو ساڈیاں نعمتاں گن وی نہیں سکدا، رب آپ فرماندا ہے۔ ہن میرے دوستو، اللہ دیاں ان گنت تے بے شمار نعمتاں، اینا ساریاں نعمتاں دے مقابلے وچ اللہ دی ذات نے ایک ایسی نعمت عنایت فرمائی ہے کہ جیدے متعلق اگر میں اے کہہ دیاں کہ دنیا جہان دیاں انگنت نعمتاں ایک پنڑے وچ اکٹھا کر دیتا جائے تے اس نعمت نو دوجے پاسے رکھ دیتا جائے تے اے ساریاں نعمتاں مل کے وی اس نعمت دا مقابلہ نہیں کر سکتا۔ میری مراد اس نعمت تو حضرت محمد مصطفیٰ صلی اللہ علیہ وسلم دی ذات پاک، ساڈا ایمان تے عقیدہ مسلماناں دا کہ سارے جہان دیاں نعمتاں بلکہ سارا جہان ستے آسمان تے ستے زمیناں وما فیہما، اے خدا دی ساری کائنات ایک پاسے تے حضرت محمد مصطفیٰ صلی اللہ علیہ وسلم دی ذات ایک پاسے، خدا دی قسم کر کے عرض کرنا کہ اے سارے جہان دیاں نعمتاں مل کے وی تے ساری کائنات مل کے وی حضرت محمد مصطفیٰ صلی اللہ علیہ وسلم دے مقام دا مقابلہ نہیں کر۔ ہن اے نعمت عظمیٰ جڑی ساریاں نعمتاں تو وڈی نعمت اللہ دی ذات نے ایس مہینے وچ جیڑا کہ آ قمری مہینہ جیدے وچ اسی اس وقت سفر کر رہے ہیں، یعنی ربیع الاول، اس مہینے وچ اللہ دی ذات پاک نے اس نعمت عظمیٰ جہانہ دے سردار حضرت محمد مصطفیٰ صلی اللہ علیہ وسلم نو اس دنیا وچ پیدا فرمائے۔ سرکار اس مہینے وچ دنیا اتے آئے نے، ہن سرکار دی زندگی دے ساڈے سامنے دو پہلو نے، ایک پہلو سرکار دی ولادت دا بحثیت محمد بن عبداللہ دے، تے ایک پہلو ہے محمد رسول اللہ صلی اللہ علیہ وسلم۔ دو حیثیتاں ہیں ساڈے سامنے اس وقت، ایک محمد بن عبداللہ، ایک محمد رسول اللہ صلی اللہ علیہ وسلم۔ سرکار محمد بن عبداللہ دی حیثیت نال بھی ساری کائنات وچوں ممتاز تے اعلی۔ حدیث وچ آندا ہے حضرت ابن عباس رضی اللہ تعالی عنہ، انہاں نوں کسے نے کوئی تانہ دتا، انہاں نے حضرت دی خدمت وچ بطور شکایت دے آ کے عرض کیتا تے نبی صلی اللہ علیہ وسلم صحاباں نوں مخاطب کردے نے تے فرماندے نے من آنا، مینوں بول کے دسو میں کون ہاں، تے صحابہ اگوں عرض کردے نے انت رسول اللہ صلی اللہ علیہ وسلم، رب دے حبیب تسی اللہ دے رسول۔ نبی صلی اللہ علیہ وسلم فرماندے نے میں اس حیثیت دے متعلق نہیں پوچھدا، میں تانوں پوچھنا کہ میں تواڈے اندر رشتے داری دے اعتبار نال، خاندان دے لحاظ نال کون ہاں۔ انہاں پھر بھی اے ہوئی گل آکھی تے حضرت فرماندے نے نہیں، محمد بن عبداللہ ہاں، میں محمد بن عبداللہ ہاں۔ پھر دے بعد حضرت نے فرمایا کہ سن لو، ذرا اللہ دی ذات نے مینوں دنیا وچ کی مقام عنایت فرمایا ہے۔ فرماندے نے ان اللہ خالق الخلق، بے شک اللہ دی ذات نے سارا جہان پیدا کیتا، اے ساری مخلوق پیدا کیتی،
ثم جعلنی فی خیرہم ثم جعلہم فرقتین. اللہ دی ذات نے اے سارا جہان پیدا کر کے تے انہاں دے دو تڑے بنا دیتے. ایک تڑا انسانی دنیا دا ایک پاسے، اے متبو دا تڑا ایک پاسے، تے سارا جہان مسخر تے فرما بردار اس انسان دا دوجے پاسے. ساری مخلوق ایک پاسے تے حضرت انسان ایک پاسے، اے دو تڑے اللہ نے بنا دیتے اپنی مخلوق دی ونڈ ونڈ دیتی. تے اگے آپ فرما دینے سما جعلنی فی خیرہم فرقتن، اللہ دی ذات نے اینا دعا تڑیاں وچوں جڑا سب تو بہتر تڑا سی، اللہ نے مینوں اس تڑے وچ پیدا کیتا، مینوں اس تڑے وچ بنایا. پھر فرما دینے سما جعلہم قبائلا، اللہ نے اس بہتر تڑے دے قبیلے بنائے، خاندان تے برادریاں بنائیاں. سما جعلنی فی خیرہم قبیلہ تن، فرمایا جڑا انہاں وچوں سب تو بہتر تے افضل قبیلہ تے خاندان سی، اودے وچوں اللہ دی ذات نے مینوں پیدا کیتا. یعنی بہتر تڑا جڑا سی مخلوق دے مقابلے وچ، اس تڑے چ پیدا کیتا، اودے خاندان بنائے جڑا بہتر خاندان تے قبیلہ سی. حضرت فرماندے نے مینوں اس قبیلے وچ اللہ نے پیدا کیتا. اگے فرمایا سما جعلہم بیوتن، پھر اللہ دی ذات نے او نہ خاندانہ وچ بہتر گھر بنائے، گھر بنائے انہاں وچ، ہن برادریاں وچ وڈے گھر ہوندے نے جنہاں دا خاندان تے برادری سارے احترام کردے نے. فرمایا اللہ نے خاندانہ وچ گھر بنائے. سما جعلنی فی خیرہم بیتن، جیڑا سب تو بہتر تے چنگا گھر سی انہاں گھراں جہان دیاں وچوں، انہاں وچوں فرمایا اللہ دی ذات نے مینوں پیدا کیتا. دوستو ذرا اندازہ کرو کہ خود حضرت محمد مصطفیٰ صلی اللہ علیہ وسلم دی ذات پاک اپنا بتدریج کس طرح شان بیان پہ کر، کس طرح حضرت نے ونڈ ونڈی اپنے مقام آلہ ہون دی. فرمایا جڑا کائنات وچوں سب تو بہتر گھر سی نا، اس گھر وچ مینوں اللہ دی ذات نے پیدا کیتا. اینی بات سرکار فرما کے ہن آپ اگوں نتیجہ کڈ دے نے. فرماندے نے آنا خیرہم بیتن و نفسن، اے میرے صحابہ، اے دنیا دے لوگو، میں ہن بہتر جے تہاڈے ساریاں نالوں ادروے اپنی جان دے تے ادروے اپنے کر دے، نہ میرے ورگی جان جسم کسے نو اللہ نے عنایت فرمایا تے نہ میرے گھر ورگا اللہ دی ذات نے کسے نو گھر عنایت فرمایا. اے حدیث وچ مسئلہ موجود ہے، حضرت محمد مصطفیٰ صلی اللہ علیہ وسلم دا فرمان ہے. تو میرا عرض کرن دا مطلب ہے کہ ساری کائنات دا خلاصہ ہے حضرت محمد مصطفیٰ صلی اللہ علیہ وسلم دی ذات، جڑے جنس دے اعتبار نال سب تو افضل، خاندان دے اعتبار نال سب تو افضل، گھر کاٹ دے لحاظ نال سب تو افضل، تے جسم جان دے اعتبار نال سب تو افضل. حضرت محمد صلی اللہ علیہ وسلم ایک پوزیشن سرکار دی اے ہے کہ دنیا دے لحاظ نال، جنس دے لحاظ نال، خاندان دے لحاظ نال، گھر کاٹ دے لحاظ نال، یہ بھی سرکار نے فرمایا کہ میں سارے جہان تو اچا، میرا شان سارے جہان تو اعلیٰ. تے دوجی پوزیشن ہے سرکار دی محمد رسول اللہ صلی اللہ علیہ وسلم. تو حضرت اللہ دے رسول صلی اللہ علیہ وسلم، ہن جڑی پہلی پوزیشن ہے نا ولادت والی، وہ جس ویلے سرکار دنیا وچ آئے نے، وہ دا تعلق ہے انہاں دی برادری نال، وہ دا تعلق ہے انہاں دے گھر والیاں نال، وہ دا تعلق ہے اس وقت انہاں دے خاندان نال. تے جڑی محمد رسول اللہ صلی اللہ علیہ وسلم والی حیثیت تے پوزیشن ہے، اے دا تعلق ہے ایمان والیاں. میرے دوستو تے بزرگو، ہن جدوں سرکار دنیا وچ آئے نے، تسی ذرا خود ہی دھیان مار کے تے توجہ کر کے اس مسئلے تے غور کرو کہ اس ویلے سرکار دی کنوں کنوں خوشی ہے.
ਕਿਨੂੰ ਕਿਨੂੰ ਚਾਹ ਉਸ ਵੇਲੇ ਚਾਹ ਸਰਕਾਰ ਦੇ ਆਉਣ ਦਾ ਮਾਂ ਆਮਨਾ ਰਜ਼ੀ ਅੱਲਾਹ ਤਾਲਾ ਅਨਹਾ ਉਸ ਵੇਲੇ ਚਾਹ ਚਾਹ ਸਰਕਾਰ ਦੇ ਆਉਣ ਦਾ ਸਰਦਾਰ ਅਬਦੁਲ ਮੁਤਲਬ ਨੂੰ ਉਸ ਵੇਲੇ ਚਾਹ ਸਰਕਾਰ ਦੇ ਆਉਣ ਦਾ ਸਰਦਾਰ ਅਬੂ ਲਾਬ ਨੂੰ ਆਪਦੀਆਂ ਚਾਚੀਆਂ ਤਾਇਆਂ ਨੂੰ ਚਾਹ ਆਪਦੇ ਦਾਦੇ ਨੂੰ ਚਾਹ ਆਪਦੀ ਵਾਲਦਾ ਨੂੰ ਚਾਹ ਆਪਦੇ ਖਾਨਦਾਨ ਨੂੰ ਚਾਹ ਆਪਦੇ ਘਰ ਨਾਲ ਤਾਲਕ ਰੱਖਣ ਵਾਲਿਆਂ ਨੂੰ ਚਾਹ ਮੇਰੇ ਦੋਸਤੋ ਤੇ ਬਜ਼ੁਰਗੋ ਇੰਨੀ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਨਾ ਵੀ ਉਦੋਂ ਨਾ ਅਜੇ ਕਲਮਾ ਤੇ ਨਾ ਅਜੇ ਨਬੂਵਤ ਦਾ ਐਲਾਨ ਤੇ ਨਾ ਕੋਈ ਉਸ ਵੇਲੇ ਦੁਨੀਆ 'ਚ ਮੁਸਲਮਾਨ ਉਦੋਂ ਅਗਰ ਕੋਈ ਚਾਹ ਕਰਨ ਵਾਲਾ ਤੇ ਉਹ ਹੀ ਨੇ ਜਿਹੜੇ ਉਸ ਵਕਤ ਦੇ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਅਸਾਂ ਮੱਕੇ ਵਾਲੇ ਲੋਕ ਕਰਕੇ ਚੇਤਾ ਕਰ ਹੁਣ ਆਹ ਜਿਹੜੀ ਮੈਂ ਅਰਜ਼ ਕੀਤੀ ਹੈ ਇਹਦੇ 'ਚ ਕੋਈ ਸ਼ੁਭਾ ਕਰ ਸਕਦਾ ਸਰਦਾਰ ਅਬੂ ਲਾਹਬ ਜਿਹਨੇ ਹਜ਼ਰਤ ਦੀ ਦੁਸ਼ਮਣੀ ਵਿੱਚ ਇਹੜੀ ਚੋਟੀ ਦਾ ਦੌਰ ਲਾਇਆ ਜਿਹਦੇ ਘਰ ਦੀ ਕੰਡੇ ਲਿਆ ਕੇ ਬਾਹਰੋਂ ਸਰਕਾਰ ਦਿਆਂ ਪੈਰਾਂ ਵਿੱਚ ਖਿਲਾਰਦੀ ਹੈ ਇਸ ਅਬੂ ਲਾਹਬ ਨੂੰ ਜਿਸਲੇ ਇਹਦੀ ਲਾਉਂਦੀ ਸਵਾਇਬਾ ਨੇ ਆ ਕੇ ਦੱਸਿਆ ਕਿ ਸਰਦਾਰ ਜੀ ਮੁਬਾਰਕ ਹੋਵੇ ਅੱਲਾ ਦੀ ਜ਼ਾਤ ਨੇ ਤੇਰੇ ਘਰ ਭਤੀਜਾ ਦਿੱਤਾ ਹੈ ਤੁਹਾਡੇ ਘਰ ਅੱਲਾ ਦੀ ਜ਼ਾਤ ਨੇ ਸਰਦਾਰ ਅਬਦੁੱਲਾ ਦੇ ਘਰ ਅੱਲਾ ਨੇ ਪੁੱਤਰਾਂ ਨੇ ਫਰਮਾਇਆ ਹੈ ਅਬੂ ਲਾਹਬ ਇੰਨਾ ਖੁਸ਼ ਹੋਇਆ ਹੈ ਇੰਨਾ ਚਾਹ ਕੀਤਾ ਹੈ ਕਿ ਉਸੇ ਵੇਲੇ ਕਹਿਣ ਲੱਗਾ ਸਵੈਬਾ ਤੂੰ ਮੇਰੀ ਲਾਉਂਦੀ ਤੇ ਗੁਲਾਮ ਸੈ ਲੇਕਿਨ ਤੂੰ ਅੱਜ ਮੈਨੂੰ ਐਸੀ ਖੁਸ਼ਖਬਰੀ ਲਿਆ ਕੇ ਸੁਣਾਈਏ ਮੈਂ ਤੈਨੂੰ ਆਜ਼ਾਦ ਕੀਤਾ ਅਬੂ ਲਾਹਬ ਨੇ ਆਜ਼ਾਦ ਕੀਤਾ ਕਿਉਂ ਕਿ ਮੁਹੰਮਦ ਬਿਨ ਅਬਦੁੱਲਾ ਦੁਨੀਆ ਵਿੱਚ ਆਇਆ ਹੈ ਓਏ ਮੁਹੰਮਦ ਬਿਨ ਅਬਦੁੱਲਾ ਆਇਆ ਹੈ ਉਸ ਵੇਲੇ ਮੁਹੰਮਦ ਰਸੂਲੁੱਲਾ ਨਹੀਂ ਅਗਰ ਅਬੂ ਲਾਹਬ ਨੂੰ ਪਤਾ ਹੋਵੇ ਮੁਹੰਮਦ ਰਸੂਲੁੱਲਾ ਤੇ ਸਵਾਇਬਾਂ ਨੂੰ ਕਦੀ ਆਜ਼ਾਦ ਨਾ ਕਰਦਾ ਉਹਨੇ ਚਾਹ ਕੀਤਾ ਮੁਹੰਮਦ ਬਿਨ ਅਬਦੁੱਲਾ ਦਾ ਉਹਨੇ ਖੁਸ਼ੀ ਕੀਤੀ ਆਪਣੇ ਭਰਾ ਦੇ ਪੁੱਤਰ ਦੀ ਸਰਦਾਰ ਅਬਦੁਲ ਮੁਤਲਬ ਉਹਨਾਂ ਨੂੰ ਪਤਾ ਲੱਗਾ ਹੈ ਤੇ ਰਾਤੋ ਰਾਤ ਪਿਛਲੀ ਰਾਤ ਸਰਕਾਰ ਦੁਨੀਆ ਤੇ ਆਏ ਨੇ ਉਸੇ ਵੇਲੇ ਉਠਾਇਆ ਹੈ ਛਾਤੀ ਨਾਲ ਲਾਇਆ ਹੈ ਦਿਲ ਠੰਡਾ ਕੀਤਾ ਹੈ ਤੇ ਲੈ ਕੇ ਰੱਬ ਦੇ ਘਰ ਬੈਤੁੱਲਾ ਵਿੱਚ ਚਲਾ ਗਿਆ ਹੈ ਬਾਬਾ ਤੇ ਤਵਾਫ ਕਰਦਾ ਬੈਤੁੱਲਾ ਦਾ ਤੇ ਰੱਬ ਦਾ ਸ਼ੁਕਰ ਅਦਾ ਕਰਦਾ ਹੈ ਕਿ ਅਰਸ਼ਾ ਵਾਲਿਆ ਮੇਰਾ ਬੱਚਾ ਫੌਤ ਹੋ ਗਿਆ ਸੀ ਮਗਰ ਤੂੰ ਉਸ ਘਰ ਵਿੱਚ ਬਰਕਤਾਂ ਪੈਦਾ ਕਰ ਦਿੱਤੀਆਂ ਤੂੰ ਸੁੱਕੀ ਹੋਈ ਵੱਲ ਹਰੀ ਫਰਮਾ ਦਿੱਤੀ ਇਸ ਗੱਲ ਦੇ ਚਾਹ ਤੇ ਖੁਸ਼ੀ ਵਿੱਚ ਆਪ ਜਾ ਕੇ ਤਵਾਫ ਕਰਾ ਕੇ ਰਾਤੋ ਰਾਤ ਚੰਦ ਘੰਟਿਆਂ ਮਿੰਟਾਂ ਦੀ ਉਮਰ ਮੁਬਾਰਕ ਹੈ ਤੇ ਜਹਾਨਾਂ ਦਾ ਪੀਰ ਬਾਬੇ ਦੀ ਗੋਦ ਵਿੱਚ ਬੈਤੁੱਲਾ ਦਾ ਤਵਾਫ ਪਿਆ ਕਰਦਾ ਹੈ ਹੁਣ ਇਹਦੇ ਬਾਅਦ ਬਾਬਾ ਜੀ ਨੂੰ ਇੰਨੀ ਖੁਸ਼ੀ ਹੈ ਕਿ ਪੁੱਤਰ ਦਾ ਵੇਖਿਆ ਚਿਹਰਾ ਤੇ ਉਸੇ ਵੇਲੇ ਨਾਂ ਰੱਖ ਦਿੱਤਾ ਮੁਹੰਮਦ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਸੱਤਵੇਂ ਦਿਨ ਬਰਾਦਰੀ ਦੀ ਕੀਤੀ ਦਾਵਤ ਤੇ ਉਹਨਾਂ ਸਰਦਾਰਾਂ ਨੇ ਪੁੱਛਿਆ ਚੌਧਰੀ ਕੀ ਨਾਂ ਰੱਖਿਆ ਈ ਮੁੰਡੇ ਦਾ ਆਖਣ ਲੱਗਾ ਮੈਂ ਨਾਂ ਰੱਖਿਆ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਖਣ ਲੱਗੇ ਨਵਾਂ ਤੇ ਅਨੋਖਾ ਨਾਂ ਇਹ ਤੈਨੂੰ ਬਰਾਦਰੀ ਦੇ ਨਾਂ ਭੁੱਲ ਗਏ ਸਨ ਉਹ ਚੁੱਪ ਕਰਕੇ ਜਾ ਕੇ ਅੰਦਰੋਂ ਸਰਕਾਰ ਨੂੰ ਗੋਦ ਵਿੱਚ ਲੈ ਆਉਂਦਾ ਤੇ ਇੰਜ ਸਾਰੀ ਬਰਾਦਰੀ ਵੱਲੇ ਚਿਹਰਾ ਕਰਕੇ ਆਉਂਦੇ ਨੇ ਉਹ ਮੈਨੂੰ ਚਿਹਰਾ ਵੇਖ ਕੇ ਦੱਸੋ ਮੈਂ ਇਹਦਾ ਨਾਂ ਮੁਹੰਮਦ ਨਾ ਰੱਖਾਂ ਤੇ ਹੋਰ ਕਿਹਾ ਮੇਰਾ ਮਤਲਬ ਦੋਸਤੋ ਪਤਾ ਕਰੋ ਬਾਬੇ ਨੂੰ ਕਿੰਨਾ ਚਾਹ ਪਤਾ ਕਰੋ ਇਹਦੇ ਚਾਚੇ ਨੂੰ ਕਿੰਨਾ ਚਾਹ ਤੇ ਇਹਦੀ ਅੰਮਾ ਨੂੰ ਕਿੰਨਾ ਚਾਹ ਹੈ ਜਿੱਦਣ ਦੁੱਧ ਪੀਣ ਵਾਸਤੇ ਟੋਰਿਆ ਹੈ ਤੇ ਮਾਈ ਹਲੀਮਾ ਲੈ ਕੇ ਚੱਲੀਏ ਪਹਿਲਾਂ ਹੱਥ ਪਾਇਆ ਏ ਤੇ ਛੱਡ ਦਿੱਤਾ ਤੇ ਮਾਂ ਹਲੀਮਾ ਦੀ ਨੇ ਦਾਈਏ ਸੱਲੀ ਤਸੱਲੀ ਰੱਖੇ ਬੱਚਾ ਦੁਨੀਆ ਵਿੱਚ ਕਿਸੇ ਸ਼ਾਨ ਦਾ ਮਾਲਕ ਹੋਣ ਵਾਲਾ ਹੀ ਕਮਲੀਏ ਨੂੰ ਛੱਡ ਕੇ ਨਾ ਜਾਈਂ ਸਯਕੂਨ ਲਹੂ ਸ਼ਾਨੁਨ ਇਹਦੀ ਦੁਨੀਆ 'ਚ ਕਦੀ ਕੋਈ ਸ਼ਾਨ ਕਾਇਮ ਹੋਣ ਵਾਲੀ ਹੈ ਤੇ ਬੱਚੇ ਨੂੰ ਰੁਖਸਤ ਕਰਕੇ ਆਖਣ ਲੱਗੀ ਓਈਜ਼ੋ ਬਿੱਲਾਹ ਦਿਲ ਜਲਾਲੀ ਓਈਜ਼ੋ ਬਿੱਲਾਹ ਦਿਲ ਜਲਾਲੀ ਮੈਂ ਆਪਣੇ ਪੁੱਤਰ ਨੂੰ ਰੱਬ ਕਰੀਮ ਦੀ ਪਨਾਹ ਵਿੱਚ ਦੇਨੀ ਆ ਪੁੱਤਰ ਨੂੰ ਤੋਰ ਕੇ ਨਾ ਦਾਈ ਹਲੀਮਾ ਦੀ ਗੋਦ ਵਿੱਚ
ਤੇ ਰੱਬ ਦੇ ਕੋਲੋਂ ਦੁਆ ਪਈ ਕਰਦੀ ਹੈ, ਆਂਦੀ ਕਿ ਉਹੀ ਜੋ ਬਿੱਲਾ ਹੈ ਦਿਲ ਜਲਾਲੀ, ਮੈਂ ਆਪਣੇ ਪੁੱਤਰ ਨੂੰ ਅੱਲਾ ਦੁਲ ਜਲਾਲ ਦੀ ਪਨਾਹ ਵਿੱਚ ਦੇਨੀ ਆ। ਇਹ ਜਿਹੜੇ ਪਹਾੜ ਨੇ, ਇਹਨਾਂ ਪਹਾੜਾਂ ਵਿੱਚ ਜਿਹੜੀਆਂ ਸ਼ਰਾਰਤਾਂ ਨੇ, ਇੱਥੇ ਜਿਹੜੀਆਂ ਸਾਜ਼ਿਸ਼ਾਂ ਨੇ, ਇੱਥੇ ਮੂਦੀ ਜਾਨਵਰਾਂ ਦੀਆਂ ਜਿਹੜੀਆਂ ਤਕਲੀਫਾਂ ਨੇ, ਅਰਸ਼ਾਂ ਵਾਲਿਆ ਮੇਰੇ ਪੁੱਤਰ ਨੂੰ ਆਪਣੀ ਪਨਾਹ ਵਿੱਚ ਰੱਖੀ, ਇਹਨਾਂ ਪਹਾੜਾਂ ਦੇ ਵਿੱਚੋਂ ਦੀ ਮੇਰੇ ਬੱਚੇ ਨੇ ਲੰਘਣਾ ਹੈ, ਮੇਰੇ ਬੱਚੇ ਤੇ ਮੌਲਾ ਕਿਸੇ ਦੀ ਸ਼ਰਾਰਤ ਨਾ ਚੱਲੇ। ਇਹ ਦੁਆ ਕਰਦੀ ਏ ਤੇ ਨਾਲ ਫਿਰਾਂ ਦੀ ਕੀ ਏ, ਅਰਾਹੋ ਅਰਾਹੋ ਹਮਲ ਅਲ ਹਲਾਲੀ, ਮੈਂ ਪੁੱਤਰ ਨੂੰ ਦਾ ਉਹ ਵਕਤ ਵੇਖਾਂ ਜਦੋਂ ਮੇਰਾ ਬਚੜਾ ਊਂਟਣੀ ਤੇ ਸਵਾਰ ਹੋਵੇਗਾ, ਮੈਂ ਆਪਣੇ ਬਚੜੇ ਦਾ ਉਹ ਟਾਈਮ ਵੇਖਾਂ ਜਦੋਂ ਮੇਰਾ ਬੱਚਾ ਊਂਟਣੀ ਤੇ ਸਵਾਰ ਹੋਵੇਗਾ। ਵਯਾਮਲ ਉਰਫਾ ਬਿਲ ਮਵਾਲੀ, ਤੇ ਮੇਰਾ ਬੱਚਾ ਗਰੀਬਾਂ ਤੇ ਮਸਕੀਨਾਂ ਤੇ ਗੁਲਾਮਾਂ ਉੱਤੇ ਨੇਕੀਆਂ ਕਰ ਰਿਹਾ ਹੋਵੇਗਾ। ਚਿਹਰਾ ਹੀ ਵੇਖ ਕੇ ਪੁੱਤਰ ਦਾ ਮਾਂ ਵੀ ਨਤੀਜਾ ਕੱਢੀ ਬੈਠੀ ਹੈ ਕਿ ਮੇਰਾ ਪੁੱਤਰ ਸਰਦਾਰ ਹੋਵੇਗਾ ਜਹਾਨ ਦਾ, ਤੇ ਜਹਾਨ ਦੀਆਂ ਸਮਝ ਲਓ ਗਰੀਬ ਤਬਕੇ ਤੇ ਮੇਰਾ ਪੁੱਤਰ ਸ਼ਫਕਤ ਦਾ ਹੱਥ ਫੇਰੇਗਾ, ਔਰ ਮੇਰਾ ਪੁੱਤਰ ਰਾਠ ਹੋਵੇਗਾ ਦੁਨੀਆ ਦਾ। ਅਰਸ਼ਾਂ ਵਾਲਿਆ ਮੈਨੂੰ ਉਹ ਵਕਤ ਵਿਖਾ ਦੀ ਕਿ ਜਦੋਂ ਮੈਂ ਆਪਣੇ ਬੱਚੇ ਦੇ ਦਿਨ ਵੇਖਾਂ। ਇਹ ਕਿੰਨੀ ਖੁਸ਼ੀ ਦੱਸ ਮੈਂ ਰਿਹਾ ਕਿ ਅੰਦਾਜ਼ਾ ਕਰੋ ਇਸ ਘਰ ਵਾਲਿਆਂ ਨੂੰ ਕਿੰਨਾ ਚਾਅ ਹੈ ਤੇ ਕਿੰਨੀ ਖੁਸ਼ੀ ਹੈ ਤੇ ਕਿੰਨਾ ਮੁਸਰਤ ਦਾ ਇਜ਼ਹਾਰ ਕਰ ਰਹੇ ਨੇ। ਤੇ ਇਧਰ ਅਬੂ ਲਾਭ ਜੈਸਾ ਦੁਸ਼ਮਣ ਜਿਹਨੇ ਜਦੋਂ ਹਜ਼ਰਤ ਨੇ ਇਕੱਠੇ ਕੀਤੇ ਨਾ ਨਬੂਬਤ ਵਾਲੇ ਦਿਨ, ਤੇ ਇਹ ਵੀ ਅਬੂ ਲਾਭ ਵੀ ਵਿੱਚ, ਤੇ ਆਪ ਨੇ ਫਰਮਾਇਆ ਬਈ ਮੈਂ ਤੁਹਾਨੂੰ ਅਗਰ ਖਬਰ ਦਿਆਂ ਕਿ ਆ ਪਹਾੜ ਦੀ ਓਟ ਵਿੱਚ ਦੁਸ਼ਮਣ ਜਿਹਨੇ ਹੁਣੇ ਤੁਹਾਡੇ ਤੇ ਹਮਲਾ ਕਰਨਾ ਹੈ, ਤੇ ਕਿਆ ਤੁਸੀਂ ਇਤਬਾਰ ਕਰੋਗੇ? ਉਹਨਾਂ ਆਖਿਆ ਜੀ ਇਤਬਾਰ ਕਰਾਂਗੇ। ਫਰਮਾਇਆ ਫਿਰ ਯਾਦ ਰੱਖੋ ਖੁਦਾ ਦਾ ਅਜ਼ਾਬ ਜੀ ਅੱਗੇ ਮੌਜੂਦ, ਤੇ ਛੱਡ ਕੇ ਬੁੱਤਾਂ ਦੀ ਪੂਜਾ ਉਸ ਦਾਤਾ ਦੇ ਬੂਹੇ ਤੇ ਝੁੱਕ ਜਾਓ। ਜਿਸਲੇ ਇੰਨੀ ਗੱਲ ਆਖੀ ਤੇ ਅਬੂ ਲਾਭ ਨੂੰ ਪਤਾ ਲੱਗਾ ਕਿ ਹੁਣੇ ਮੁਹੰਮਦ ਬਿਨ ਅਬਦੁੱਲਾ ਦੇ ਸਟੇਜ ਤੋਂ ਅੱਗੇ ਲੰਘ ਕੇ ਹੁਣ ਮੁਹੰਮਦ ਰਸੂਲੁੱਲਾ ਬਣ ਗਿਆ ਹੈ। ਉਸ ਵੇਲੇ ਉਹ ਹੋਈ ਅਬੂ ਲਾਭ ਜਿਹਨੇ ਹਜ਼ਰਤ ਦੀ ਖਬਰ ਸੁਣ ਕੇ ਤੇ ਲੌਂਡੀ ਆਜ਼ਾਦ ਕੀਤੀ ਸੀ, ਅੱਖ ਲੱਗਾ ਤੱਬਤ ਯਦਾ ਕਾ ਅਲਹਾਦਾ ਜਮਾਤਨਾ, ਤੇਰੇ ਦੋਵੇਂ ਹੱਥ ਟੁੱਟ ਪੈਣ, ਤੇਰੇ ਹੱਥ ਮਾਦ ਅੱਲਾ ਚੜ ਜਾਣ, ਜਾਂ ਦੂਜਿਆਂ ਲਫ਼ਜ਼ਾਂ ਵਿੱਚ ਤੂੰ ਬਚ ਨਾ ਸਕੇ, ਤੇਰਾ ਕੱਖ ਨਾ ਰਹਿ। ਇਹ ਬਦਦੁਆ ਦਿੱਤੀ ਅਬੂ ਲਾਭ ਨੇ ਹਜ਼ਰਤ ਮੁਹੰਮਦ ਮੁਸਤਫਾ ਸੱਲਾ ਸਲਮ ਨੂੰ, ਜਿਸ ਨੇ ਮੁਹੰਮਦ ਬਿਨ ਅਬਦੁੱਲਾ ਦੀ ਹਸੀਅਤ ਨਾਲ ਆਇਆ ਲੌਂਡੀ ਆਜ਼ਾਦ ਕੀਤੀ ਹੈ ਸੁਣ ਕੇ ਤੇ ਬੜਾ ਖੁਸ਼ ਹੋਇਆ ਹੈ। ਲੇਕਿਨ ਜਦੋਂ ਸਰਕਾਰ ਮੁਹੰਮਦ ਰਸੂਲ ਅੱਲਾ ਦੀ ਹਸੀਅਤ ਨਾਲ ਸਾਹਮਣੇ ਆਏ ਨੇ, ਇਸੇ ਅਬੂ ਲਾਭ ਨੇ ਸਰਕਾਰ ਨੂੰ ਬਦਦੁਆ ਦਿੱਤੀ ਹੈ, ਕਹਿਣ ਲੱਗਾ ਤੁਹਾਡੇ ਹੱਥ ਟੁੱਟ ਜਾਣ। ਅਰਸ਼ਾਂ ਵਾਲੇ ਨੇ ਉਸੇ ਵੇਲੇ ਅਸਮਾਨ ਤੋਂ ਫਰਿਸ਼ਤਾ ਨਾਜ਼ਲ ਫਰਮਾ ਦਿੱਤਾ ਕਿ ਕਿਤੇ ਮੇਰਾ ਕਮਲੀ ਵਾਲਾ ਪਹਿਲੇ ਹੀ ਸਟੇਜ ਉੱਤੇ ਫਿਕਰਮੰਦ ਨਾ ਹੋ ਜਾਏ, ਕਿਤੇ ਘਬਰਾ ਨਾ ਜਾਏ। ਅੱਲਾ ਫਰਮਾਨੇ ਨੇ ਤੱਬਤ ਯਦਾ ਅਬੀ ਲਾਹਬ ਮਤਬ ਮਾ ਅਗਨ ਅਨਹੁ ਮਾਲਹੁ ਵਮਾ ਕਸਬ, ਉਹ ਮੇਰੇ ਸੋਹਣੇ ਦੇ ਹੱਥ ਟੁੱਟ ਜਾਣ ਆਖਣ ਵਾਲਿਆ, ਤੇਰੇ ਦੋਵੇਂ ਹੱਥ ਤਬਾਹ ਹੋ ਗਏ ਤੇ ਬਰਬਾਦ ਹੋ ਗਏ, ਤੇਰਾ ਬੇੜਾ ਗਰਕ ਹੋ ਗਿਆ, ਤੇਰਾ ਕੱਖ ਨਾ ਰਿਹਾ। ਮੇਰੀ ਅਰਜ਼ ਕਰਨ ਦਾ ਮਤਲਬ ਇਸ ਵਾਕੇ ਨੂੰ ਇਹ ਹੈ ਕਿ ਮੁਹੰਮਦ ਬਿਨ ਅਬਦੁੱਲਾ ਦੀ ਅਬੂ ਲਾਭ ਖੁਸ਼ੀ ਕਰਦਾ ਹੈ, ਲੇਕਿਨ ਜਿਸਲੇ ਮੁਹੰਮਦ ਰਸੂਲੁੱਲਾ ਦੀ ਹਸੀਅਤ ਨਾਲ ਜਹਾਨਾਂ ਦੇ ਪੀਰ ਸਾਹਮਣੇ ਆਏ ਨੇ ਤੇ ਉੱਥੇ ਅਬੂ ਲਾਭ ਨੇ ਮਸ਼ਹੂਰ ਹੈ ਮਸਲਾ ਕਿ ਸਰਕਾਰ ਨੂੰ ਬਦਦੁਆ ਦਿੱਤੀ ਹੈ, ਤੇ ਮੰਦੇ ਬੋਲਦਾ ਜੀ ਦਾ ਜਵਾਬ ਖੁਦ ਅਰਸ਼ਾਂ ਵਾਲੇ ਨੇ ਕੁਰਾਨ ਵਿੱਚ। ਹੁਣ ਇਹ ਵਲਾਦਤ ਵਾਲਾ ਮਸਲਾ ਮੈਂ ਤੁਹਾਨੂੰ ਜ਼ਰਾ ਇਸ ਪਾਸੇ ਇਸ ਵਾਸਤੇ ਲੈ ਗਿਆ ਕਿ ਅੱਜ ਸਾਡੇ ਬਾਸ ਦੋਸਤ ਇਸ ਬਾਤ ਦੀ ਫਤਵੇਬਾਜ਼ੀ ਕਰਦੇ ਨੇ ਕਿ ਹਜ਼ਰਤ ਦੀ ਵਲਾਦਤ ਦੀ ਖੁਸ਼ੀ ਇਹ ਸਾਰੇ ਜਹਾਨ ਨੂੰ ਹੈ, ਆਸਮਾਨ ਵਾਲਿਆਂ ਨੂੰ ਖੁਸ਼ੀ, ਜ਼ਮੀਨ ਵਾਲਿਆਂ ਨੂੰ ਖੁਸ਼ੀ, ਅਗਰ ਨਹੀਂ ਖੁਸ਼ੀ ਤਾਂ ਸ਼ੈਤਾਨ ਨੂੰ ਖੁਸ਼ੀ ਨਹੀਂ। ਇਸ ਕਿਸਮ ਦਾ ਇਹ ਫਤਵਾ ਲਾਇਆ ਜਾਂਦਾ ਹੈ। ਮੇਰੇ ਦੋਸਤੋ, ਤਾਰੀਖੀ ਤੌਰ ਉੱਤੇ ਮੈਂ ਤਜਜ਼ੀਆ ਪੇਸ਼ ਕੀਤਾ ਇਸ ਬਾਤ ਦਾ, ਤੇ ਮਸਲੇ ਦੀ ਹਕੀਕਤ ਵੀ ਇਹ ਆ ਕਿ 40 ਸਾਲ ਤੱਕ ਸਰਕਾਰ ਨਬੂਵਤ ਦਾ ਐਲਾਨ 40 ਵਰਿਆਂ ਪਿੱਛੋਂ ਕੀਤਾ ਹੈ।
ਇਹਦੇ ਤੋਂ ਪਹਿਲੀ ਜਿਹੜੀ ਦੁਨੀਆ ਵਿੱਚ ਆਉਣ ਦੀ ਪੁਜ਼ੀਸ਼ਨ ਹੈ, ਉਦੋਂ ਸਰਕਾਰ ਦੀ ਵਿਲਾਦਤ ਉੱਤੇ ਉਹਨਾਂ ਦੇ ਖਾਨਦਾਨ ਨੂੰ ਖੁਸ਼ੀ ਹੈ, ਉਹਨਾਂ ਦੇ ਘਰ ਵਾਲਿਆਂ ਨੂੰ ਖੁਸ਼ੀ ਹੈ, ਉਹਨਾਂ ਦੇ ਬਰਾਦਰੀ ਦੇ ਲੋਕਾਂ ਨੂੰ ਖੁਸ਼ੀ ਹੈ, ਔਰ ਉਹਨਾਂ ਖੁਸ਼ੀ ਦਾ ਮੁਜ਼ਾਹਰਾ ਕੀਤਾ। ਲੇਕਿਨ ਸਰਕਾਰ ਜਦੋਂ ਮੁਹੰਮਦ ਰਸੂਲ ਅੱਲਾਹ ਦੀ ਅਸਲੀਅਤ ਨਾਲ ਸਾਹਮਣੇ ਆਏ ਨੇ, ਫਿਰ ਤੁਹਾਨੂੰ ਪਤਾ ਕਿ ਇਹਨਾਂ ਚਾਹ ਕਰਨ ਵਾਲਿਆਂ ਲੋਕਾਂ ਨੇ ਮੁਹੰਮਦ ਮੁਸਤਫਾ ਸੱਲਾ ਸਲਮ ਨਾਲ ਕਿਸ ਕਦਰ ਅਦਾਵਤ ਦਾ ਮੁਜ਼ਾਹਰਾ ਕੀਤਾ। ਹੁਣ ਸਾਡੇ ਮੁਸਲਮਾਨਾਂ ਵਾਸਤੇ ਇਹ ਸਟੇਜ ਉਦੋਂ ਆਇਆ ਜਦੋਂ ਮੁਹੰਮਦ ਰਸੂਲ ਅੱਲਾ ਸੱਲਮ ਦੀ ਹਸੀਅਤ ਨਾਲ, ਔਰ ਮੈਂ ਤੁਹਾਡੀ ਖਿਦਮਤ 'ਚ ਗੁਜ਼ਾਰਿਸ਼ ਕਰਾਂ ਕਿ ਜਦੋਂ ਸਰਕਾਰ ਮੁਹੰਮਦ ਰਸੂਲ ਅੱਲਾ ਦੀ ਹਸੀਅਤ ਨਾਲ ਸਾਹਮਣੇ ਆਏ ਨੇ, ਉਦੋਂ ਹੀ ਅੱਲਾ ਦੀ ਜ਼ਾਤ ਨੇ ਅਹਿਲੇ ਈਮਾਨ ਨੂੰ ਆਖਿਆ, ਮੈਂ ਨਿਮਤ ਅਨਾਇਤ ਫਰਮਾਈ ਜੇ ਅਤੇ ਮੇਰਾ ਤੁਹਾਡੇ ਉੱਤੇ ਅਹਿਸਾਨ ਹੈ। ਪਹਿਲਾਂ 40 ਸਾਲ ਗੁਜ਼ਰ ਗਏ ਨੇ, ਉਹਨਾਂ 40 ਸਾਲਾਂ 'ਚ ਅੱਲਾ ਨੇ ਉਸ ਜ਼ਿੰਦਗੀ ਵੱਲੇ ਇਸ਼ਾਰਾ ਕਰਕੇ ਕਿਤੇ ਇੱਕ ਮੇਰਾ ਮੈਨੂੰ ਕੁਰਾਨ ਦੀ ਅੱਲਾ ਫਰਮਾਉਂਦੇ ਨੇ, ਲਕਦ ਮਨ ਅੱਲਾਹ ਅਲਲ ਮੂਮਿਨੀਨ, ਅਲਬਤਾ ਤਹਕੀਕ ਇਹਸਾਨ ਫਰਮਾਇਆ ਅੱਲਾ ਤਾਲਾ ਨੇ ਮੂਮਨਾ ਉੱਤੇ, ਈਮਾਨ ਵਾਲਿਆਂ ਲੋਕਾਂ ਉੱਤੇ ਅੱਲਾ ਦੀ ਜ਼ਾਤ ਨੇ ਇਹਸਾਨ ਕੀਤਾ। ਚੌਥਾ ਸਪਾਰਾ ਜੇ ਮਨ ਅੱਲਾਹ ਅਲਲ ਮੂਮਿਨੀਨ, ਫਰਮਾਇਆ ਈਮਾਨ ਵਾਲਿਆਂ ਲੋਕਾਂ ਉੱਤੇ ਅੱਲਾ ਦੀ ਜ਼ਾਤ ਨੇ ਇਹਸਾਨ ਫਰਮਾਇਆ ਜੇ ਲਕਦ। ਦੋ ਤਾਕੀਦ ਦੇ ਕਲਮੇ ਕਸਮ ਦਾ ਫਾਇਦਾ ਦਿੰਦੇ ਨੇ, ਜਿਨ੍ਹਾਂ ਦਾ ਤਰਜਮਾ ਇੰਝ ਕਰ ਲਈਏ, ਅਰਸ਼ਾਂ ਵਾਲਾਂ ਦਾ ਮੈਨੂੰ ਆਪਣੀ ਜ਼ਾਤ ਦੀ ਕਸਮ ਹੈ, ਮਨ ਅੱਲਾਹ ਅਲਲ ਮੂਮਿਨੀਨ, ਮੈਂ ਈਮਾਨ ਵਾਲਿਆਂ ਉੱਤੇ ਇਹਸਾਨ ਕੀਤਾ ਜੇ। ਯਾ ਅੱਲਾ ਜ਼ਰਾ ਸਾਨੂੰ ਦੱਸ ਕਿਹੜੀ ਗੱਲ ਦਾ ਇਹਸਾਨ, ਅਰਸ਼ਾਂ ਵਾਲਿਆਂ ਸਾਨੂੰ ਦੱਸ ਤੂੰ ਕਦੋਂ ਇਹਸਾਨ ਕੀਤਾ। ਮੌਲਾ ਫਰਮਾਉਂਦੇ ਨੇ, ਇਨ ਦਾਸਾ ਫੀਹਿਮ ਰਸੂਲਾਂ ਮਿਲ ਅਲਫੋਸੇਮ, ਫਰਮਾਇਆ ਮੈਂ ਤੁਹਾਡੇ ਤੇ ਉਦੋਂ ਅਹਿਸਾਨ ਕੀਤਾ ਜੇ ਜਦੋਂ ਮੈਂ ਤੁਹਾਡੇ ਵਿੱਚ ਇੱਕ ਮੁਅੱਜ਼ਮ ਰਸੂਲ ਮਬਊਸ ਫਰਮਾ ਦਿੱਤਾ। ਕਿਉਂ ਬਾਈ, ਪੈਦਾ ਆਖਿਆ ਕਿ ਮਬਊਸ ਫਰਮਾ ਦਿੱਤਾ। ਫਰਮਾਇਆ ਮੇਰਾ ਉਦੋਂ ਮਾਣ ਵਾਲਿਓ ਤੁਹਾਡੇ ਤੇ ਅਹਿਸਾਨ, ਮੈਂ ਤੁਹਾਡਾ ਉਦੋਂ ਭਲਾ ਕੀਤਾ ਜਦੋਂ ਮੈਂ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਜੈਸਾ ਮੁਅੱਜ਼ਮ ਰਸੂਲ ਤੁਹਾਡੇ ਵੱਲੇ ਮਬਊਸ ਫਰਮਾਇਆ। ਇਦ ਬਾਸਾ ਫੀਹਿਮ ਰਸੂਲਾਂ ਮਿਲ ਅਲਫੁਸੇਮ, ਅਰਸ਼ਾਂ ਵਾਲਾ ਸਾਨੂੰ ਆਪਣੀ ਨਿਮਤ 40 ਸਾਲਾਂ ਦੇ ਬਾਅਦ ਪਿਆਂਦਾ, ਮਨ ਅੱਲਾਹੁ ਅਲਲ ਮੂਮਿਨ, ਉਦੋਂ ਪਹਿਲਾਂ ਕਿਹਨੂੰ ਪਤਾ ਸੀ ਇਹ ਜਹਾਨਾਂ ਦੇ ਪੀਰ ਹੋਣ ਵਾਲੇ ਨੇ ਮੁਹੰਮਦ ਮੁਸਤਫਾ ਸੱਲਾ ਸਲਮ, ਕਿਸੇ ਨੂੰ ਪਤਾ ਨਹੀਂ, ਨਾ ਸਰਕਾਰ ਨੂੰ ਆਪਣਾ ਪਤਾ ਹੈ ਕਿ ਮੇਰੀ ਅੱਗੋਂ ਕੀ ਹੈਸੀਅਤ ਹੈ, ਮੇਰੀ ਕੀ ਪੁਜ਼ੀਸ਼ਨ ਹੈ, ਕਿਸੇ ਨੂੰ ਕੋਈ ਪਤਾ ਨਹੀਂ ਵੀ ਹਸਤੀ ਜਹਾਨ 'ਚ ਇਹਦਾ ਕੀ ਮੁਕਾਮ ਹੋਣ ਵਾਲਾ ਹੈ। ਤੇ ਜਿਸ ਵੇਲੇ ਅੱਲਾ ਦੀ ਜ਼ਾਤ ਨੇ ਰਸੂਲ ਬਣਾ ਕੇ ਦੁਨੀਆ ਵੱਲੇ ਘੱਲ ਦਿੱਤਾ, ਤੇ ਕਿਸਮਤਾਂ ਵਾਲਿਆਂ ਲੋਕਾਂ ਨੇ ਇਸ ਰਹਿਮਤ ਨਾਲ ਭਰ ਲਈਆਂ ਚੋਲੀਆਂ, ਤੇ ਆਸਮਾਨ ਵਾਲੇ ਨੇ ਉੱਤੋਂ ਫਰਿਸ਼ਤਾ ਨਾਜ਼ਲ ਫਰਮਾ ਦਿੱਤਾ, ਮਨ ਅੱਲਾਹ ਅਲਲ ਮੂਮਿਨੀਨਾ ਇਜ਼ ਬਾਸ ਫੀਹਿਮ ਰਸੂਲਾਂ ਮਿਲ ਅਲਫੁਸੇਹਿਮ, ਫਰਮਾਇਆ ਮੈਂ ਤੁਹਾਡੇ ਤੇ ਬੜਾ ਇਹਸਾਨ ਕਰ ਛੱਡਿਆ ਜੇ। ਕਦੋਂ ਕੀਤਾ? ਜਦੋਂ ਮੈਂ ਰਸੂਲ ਮੁਅੱਜ਼ਮ ਤੁਹਾਡੇ ਵਿੱਚ ਮਬਊਸ ਫਰਮਾ ਦਿੱਤਾ, ਮੈਂ ਉਹਨੂੰ ਰਸੂਲ ਬਣਾ ਕੇ ਭੇਜ ਦਿੱਤਾ, ਮੇਰਾ ਤੁਹਾਡੇ ਉੱਤੇ ਉਦੋਂ ਇਹਸਾਨ ਹੋਇਆ ਜੇ। ਓਏ ਅੱਲਾ ਨਬੀ ਸੱਲੱਲਾ ਅਲੈਹਿ ਵਸੱਲਮ ਨੂੰ ਸਾਡੇ ਵਾਸਤੇ ਨੇਮਤ ਉਜ਼ਮਾ ਬਹਿਸੀਅਤ ਰਸੂਲ ਦੇ ਜ਼ਿਕਰ ਫਰਮਾ ਰਹੇ ਨੇ, ਔਰ ਉਦੋਂ ਇਹਸਾਨ ਕੀਤਾ ਜਦੋਂ ਕਮਲੀ ਵਾਲਾ ਜਹਾਨ ਦਾ ਰਸੂਲ ਬਣ ਕੇ ਦੁਨੀਆ 'ਤੇ ਆ ਚੁੱਕਾ। ਹੁਣ ਇਹਦੀ ਖੁਸ਼ੀ ਮੁਹੰਮਦ ਰਸੂਲ ਅੱਲਾ ਦੀ ਖੁਸ਼ੀ ਕਿੰਨਾ ਨੂੰ, ਇਹ ਮੋਮਨਾਂ ਨੂੰ, ਇਹ ਈਮਾਨ ਵਾਲਿਆਂ ਨੂੰ। ਹੁਣ ਆਖਾ ਜ਼ਰਾ ਇਸ ਖੁਸ਼ੀ ਦਾ ਪਤਾ ਕਰੀਏ ਵੀ ਈਮਾਨ ਵਾਲਿਆਂ ਇਹਦੀ ਕਿੰਨੀ ਕੁ ਖੁਸ਼ੀ ਕੀਤੀ ਅਤੇ ਕਿੰਨਾ ਕੁ ਚਾਹ ਕੀਤਾ। ਵਾਕਿਆਤ ਮੈਂ ਕਈ ਦਫ਼ਾ ਸੁਣਾ ਚੁੱਕਾ, ਲੇਕਿਨ ਇੱਕ ਵਾਕਿਆ ਕਿਸੇ ਦਾਅਵੇ ਦੀ ਇਸ ਬਾਤ ਵਾਸਤੇ ਉਹਨੂੰ ਦੁਬਾਰਾ ਜ਼ਿਕਰ ਕੀਤਾ ਜਾਏ, ਅਤੇ ਇਹ ਕੋਈ ਕਬਾਤ ਵਾਲੀ ਸ਼ੈ ਨਹੀਂ। ਹਜ਼ਰਤ ਮਾਈ ਸਮੀਆ ਰਜ਼ੀ ਅੱਲਾ ਤਾਲਾ ਅਨਹਾ ਅਤੇ ਉਹਦਾ ਖਾਨਦਾਨ ਇਹ ਹੋ ਗਿਆ ਮੁਸਲਮਾਨ, ਇਹਨਾਂ ਪੜ੍ਹ ਲਿਆ ਕਲਮਾ ਅਤੇ ਕੋਸ਼ਿਸ਼ ਕੀਤੀ ਕਿ ਰਾਤੋ ਰਾਤ ਮੱਕਾ ਛੱਡ ਚੱਲੀਏ, ਅਬੂ ਜਾਲ ਨੂੰ ਪਤਾ ਲੱਗਾ ਅਤੇ ਉਹ ਸਾਨੂੰ ਦੁੱਖ ਦੇਵੇਗਾ। ਲੇਕਿਨ ਉਹਦਿਆਂ ਪਹਿਰੇਦਾਰਾਂ ਫੜ ਲਿਆ। ਫਿਰ ਹੋਇਆ ਕੀ ਏ ਕਿ ਅਬੂ ਜਾਲ ਅਤੇ ਉਹਦੀ ਪਾਰਟੀ ਹਜ਼ਰਤ ਯਾਸਰ ਰਜ਼ੀ ਅੱਲਾਹ ਤਾਲਾ ਅਨਹੋ
ਉਹਦੇ ਗਲ ਪੈਂਦੇ ਨੇ, ਉਹਨਾਂ ਨੂੰ ਮਾਰਦੇ ਨੇ, ਬੇਜਿਗਰੀ ਤੇ ਬੇਦਰਦੀ ਨਾਲ ਉਹਨਾਂ ਤੇ ਵਾਰ ਕਰਦੇ ਨੇ। ਮਾਈ ਸਮੀਆ ਰਜ਼ੀ ਅੱਲਾਹ ਤਾਲਾ ਅਨਹਾ ਕੋਲ ਖਲੋਤੀਆਂ ਨੇ, ਕੋਈ ਰੌਲਾ ਨਹੀਂ, ਕੋਈ ਤਰਲਾ ਨਹੀਂ, ਕੋਈ ਮਿਹਨਤ ਨਹੀਂ, ਵੇ ਜਾਣ ਦਿਓ ਸਾਡੇ ਨਾਲ ਜ਼ੁਲਮ ਨਾ ਕਰੋ, ਅਸਾਂ ਇਸ ਦੀਨ ਨੂੰ ਛੱਡ ਦੇਨੇ ਆ। ਇਹ ਕੋਈ ਐਸੀ ਬਾਤ ਨਹੀਂ, ਬੜੇ ਇਸਤਕਲਾਲ ਨਾਲ, ਬੜੇ ਇਸਤਿਹਕਾਮ ਨਾਲ ਦੋਦਰੋ ਮਾਰ ਖਾ ਰਹੇ ਨੇ ਤੇ ਕੋਲ ਖਲੋਤੀਆਂ ਨੇ ਤੇ ਆਪਣੇ ਖਾਮਦ ਨੂੰ ਕਰਦੀਆਂ ਨੇ ਮੁਖਾਤਬ। ਕੈ ਸਮੀਆ ਯਾਸਰ ਪਿਆਰੇ ਵੇ ਦੀਨੋ ਨਾ ਤੂੰ ਦੋਨੀ, ਕੈ ਸਮੀਆ ਯਾਸਰ ਪਿਆਰੇ ਦੀਨੋ ਨਾ ਤੂੰ ਦੋਨੀ, ਭਾਵੇਂ ਬੇਰਾ ਬੇਰਾ ਹੋਵੇ ਕਲਮਾ ਤੋਇਬ ਬੋਲੀ। ਇਹ ਜ਼ਿੰਦਗੀ ਦਿਨ ਚਾਰ ਦਿਹਾੜੇ ਔਰਤ ਨੂੰ ਮਰ ਜਾਣਾ, ਇਹ ਜ਼ਿੰਦਗੀ ਦਿਨ ਚਾਰ ਦਿਹਾੜੇ ਔੜਕ ਨੂੰ ਮਰ ਜਾਣਾ, ਦੇ ਦੀ ਜਾਨ ਖੁਦਾ ਨੂੰ ਆਪਣੀ ਛੱਡੀ ਨਾ ਨਬੀ ਰਬਾਣਾ। ਆਖਣ ਲੱਗੀ ਯਾਸਰ ਭਾਵੇਂ ਬੇਰਾ ਬੇਰਾ ਹੋ ਜਾਏ ਮਾਰਿਆ ਜਾਵੇ, ਤੂੰ ਮੁਹੰਮਦ ਮੁਸਤਫਾ ਸੱਲੱਲਾ ਅਲੈਹਿ ਵਸੱਲਮ ਦਾ ਸਾਥ ਨਾ ਛੱਡੀ। ਹਜ਼ਰਤ ਸਾਦ ਰਜ਼ੀ ਅੱਲਾਹ ਤਾਲਾ ਅਨਹੋ ਉਹਨਾਂ ਦੀ ਮਾਂ ਕਹਿਣ ਲੱਗੀ, ਸਾਧ ਤੂੰ ਪੜ੍ਹ ਲਿਆ ਕਲਮਾ, ਤੂੰ ਹੋ ਗਿਆ ਮੁਸਲਮਾਨ, ਤੇ ਮੈਨੂੰ ਇਹ ਗੱਲ ਬਰਦਾਸ਼ਤ ਨਹੀਂ, ਜਾਂ ਤਾਂ ਮੁਹੰਮਦ ਮੁਸਤਫਾ ਦਾ ਦੀਨ ਛੱਡ ਦੇ, ਸਰਕਾਰ ਦਾ ਕਲਮਾ ਛੱਡ ਦੇ, ਤੇ ਜਾਂ ਫਿਰ ਮੈਂ ਧੁੱਪੇ ਬਹਿ ਜਾਣਾ ਹੀ, ਭੁੱਖੀ ਰਵਾਂਗੀ, ਪਿਆਸੀ ਰਵਾਂਗੀ, ਮੈਂ ਤੜਫ ਕੇ ਧੁੱਪੇ ਮਰ ਜਾਵਾਂਗੀ, ਤੇ ਮੈਂ ਤੇ ਕਦੀ ਛਾਵੇਂ ਨਹੀਂ ਆਵਾਂਗੀ, ਨਾ ਕੁਝ ਪੀਵਾਂਗੀ, ਨਾ ਖਾਵਾਂਗੀ, ਤੇ ਜਹਾਂ ਤੈਨੂੰ ਤਾਨੇ ਦੇਵੇਗਾ। ਭਾਈ ਸਾਧ ਵੇਖੋ ਆਪਦੀ ਮਾਂ ਦੇ ਆਖੇ ਨਹੀਂ ਲੱਗਾ, ਇਹਦੀ ਮਾਂ ਮਰ ਗਈ ਇਹਦੇ ਦੁੱਖੋਂ ਆਪੇ ਜ਼ਲੀਲ ਹੋਵੇਗਾ ਦੁਨੀਆ ਵਿੱਚ। ਇਹ ਹਜ਼ਰਤ ਸਾਧ ਦੀ ਅੰਮਾ ਆਪਣੇ ਪੁੱਤਰ ਨੂੰ ਧਮਕੀ ਦਿੰਦੀ ਏ, ਉਹਨੂੰ ਖਬਰਦਾਰ ਪਈ ਕਰਦੀ ਏ ਵੀ ਇੱਕ ਪਾਸੇ ਆ ਜ਼ਿੰਨਤੀ ਤੇ ਦੂਜੇ ਪਾਸੇ ਆਸਾਨ ਜਿਹਾ ਸੌਦਾ ਕਿ ਮੁਹੰਮਦ ਮੁਸਤਫਾ ਦਾ ਦੀਨ ਕਰ ਲੈ। ਹੁਣ ਹਜ਼ਰਤ ਸਾਧ ਰਜ਼ੀ ਅੱਲਾਹ ਤਾਲਾ ਨੂੰ ਜੇ ਹੁੰਦਾ ਸਾਡੇ ਵਰਗਾ, ਭਾਈ ਮੈਂ ਚੌਧਰੀ ਬੰਦਾ ਬਰਾਦਰੀ 'ਚ ਭੰਡਿਆ ਜਾਵਾਂਗਾ, ਉਹ ਮੇਰਾ ਤਾਂ ਇਲਾਕੇ 'ਚ ਬੁੱਢਾ ਬਣ ਜਾਇਆ ਜਾਵਾਂਗੇ, ਇਹਦੀ ਮਾਂ ਰੁਲ ਕੇ ਮਰ ਗਈ ਤੇ ਇਹਨੇ ਮਾਂ ਦੀ ਪਰਵਾਹ ਨਾ ਕੀਤੀ, ਤੇ ਮੈਂ ਤਾਂ ਦਲੀਲ ਹੋ ਜਾਵਾਂਗਾ। ਛੱਡੋ ਇਸ ਦੀਨ ਨੂੰ ਤੇ ਆਪਣੀ ਇੱਜ਼ਤ ਬਚਾਓ, ਅਸੀਂ ਹੁੰਦੇ ਤੇ ਸ਼ਾਇਦ ਲੋਕਾਂ ਚਾਰੀ ਇੰਜ ਸੋਚਦੇ, ਲੇਕਿਨ ਹਜ਼ਰਤ ਸਾਧ ਰਜ਼ੀ ਅੱਲਾਹ ਤਾਲਾ ਅਨਹੋ ਆਪਣੀ ਮਾਂ ਨੂੰ ਮੁਖਾਤਬ ਕਰਦੇ ਨੇ, ਸਾਧ ਕਿਆ ਸੁਣ ਮੇਰੀਏ ਅੰਮਾ, ਸਾਧ ਕਿਆ ਸੁਣ ਮੇਰੀਏ ਮਾਏ, ਸੌ ਦਫਾ ਮਰ ਜਾਵੇ, ਸਾਧ ਕਿਆ ਸੁਣ ਮੇਰੀਏ ਮਾਏ, ਸੌ ਦਫਾ ਮਰ ਜਾਵੇ, ਸੌ ਦਫਾ ਫਿਰ ਜ਼ਿੰਦਾ ਹੋਵੇ ਕਲਮਾ ਪੜਦਾ ਹੀ ਪਾਵੇ। ਲਾ ਲਾ ਕੇ ਮਿਆ ਤੋਂ ਨਫਸਿਨ ਖਫਾ ਖਾਰਾ ਜਤ ਨਫਸਨ ਨਫਸਨ ਮਾ ਤਰਕ ਤੋ ਦੀਨਾ ਮੁਹੰਮਦ ਸੱਲੱਲਾ ਅਲੈਹਿ ਵਸੱਲਮ, ਸੌ ਜਾਨ ਤੇਰੀ ਹੋਵੇ ਇੱਕ ਇੱਕ ਕਰਕੇ ਨਿਕਲ ਜਾਵੇ ਤੇ ਤੂੰ ਸੌ ਵੇਰਾ ਮੇਰੀਆਂ ਅੱਖਾਂ ਦੇ ਸਾਹਮਣੇ ਮਰ ਸਕਨੀ ਏ, ਲੇਕਿਨ ਸਾਧ ਮੁਹੰਮਦ ਮੁਸਤਫਾ ਦਾ ਸਾਥ ਨਹੀਂ ਛੱਡ ਸਕ। ਸਾਧ ਕਿਆ ਸੁਣ ਮੇਰੀ ਏ ਅੰਮਾ, ਸੌ ਦਫਾ ਮਰ ਜਾਵੇ, ਸੌ ਦਫਾ ਫਿਰ ਜ਼ਿੰਦਾ ਹੋਵੇ ਕਲਮਾ ਪੜਦਾ ਹੀ ਪਾਵੇ। ਮੈਂ ਨਾ ਛੋੜਾਂ ਸਾਥ ਨਬੀ ਦਾ, ਛੱਡ ਦਿਆਂਗਾ ਤੈਨੂੰ, ਤੇਰੀ ਖਾਤਰ ਮੈਂ ਸਰਵਰ ਛੋੜਾਂ, ਇਹ ਸੌਦਾ ਨਹੀਂ ਪੁੱਜਦਾ ਮੈਨੂੰ। ਅੰਮਾ ਤੂੰ ਮਰ ਸਕਨੀ ਹੈ, ਤੜਫ ਕੇ ਮਰ ਜਾ, ਜਿਵੇਂ ਤੇਰੀ ਮਰਜ਼ੀ ਹੈ ਮਰ ਜਾ, ਲੇਕਿਨ ਮੈਂ ਮੁਹੰਮਦ ਮੁਸਤਫਾ ਮੈਂ ਬਾਪ ਨੂੰ ਤੂੰ ਪਸੰਦ ਹੀ ਨਹੀਂ ਕਰਦਾ। ਕਹਿਣ ਲੱਗਾ ਜੋ ਸ਼ਫਕਤ ਮੈਂ ਹਜ਼ਰਤ ਮੁਹੰਮਦ ਮੁਸਤਫਾ ਸੱਲਾ ਸਲਮ ਦੇ ਕੋਲ ਰਹਿ ਕੇ ਮਾਲੂਮ ਕੀਤੀ ਹੈ, ਉਹ ਮੈਨੂੰ ਆਪਣੇ ਬਾਪ 'ਚ ਨਜ਼ਰ ਹੀ ਨਹੀਂ ਆਉਂਦੀ, ਇਸ ਵਾਸਤੇ ਮੈਂ ਇੱਥੇ ਰਹਿਣਾ। ਮੇਰਾ ਮਤਲਬ ਹੈ ਕਿ ਪਰਵਾਨੇ ਸਨ ਹਜ਼ਰਤ ਮੁਹੰਮਦ ਮੁਸਤਫਾ ਸੱਲਾ ਸਲਮ ਦੇ, ਔਰ ਕੁਰਾਨ ਨੇ ਵੀ ਇੱਧਰ ਇਸ਼ਾਰਾ ਕੀਤਾ ਹੈ,
فرمایا فابما رحمت فابما رحمت من اللہ لنت لو کنت فضا غلیظ القلب لن فضو من حولک. میرے حبیبہ جے تو کوئی انہاں نال سخت برتاؤ کر دو غلیظ القلب ہوندو تند طبیعت ہوندو اے پروانے جڑے شمع دی طرح تیرے گرد آن کے ڈگ دے نے کملی والے کدی تیرے گرد جمع نہ ہوندے اے تیرے کول کدی آوندے نہ. فرمایا فابما 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 رحمت من اللہ ہے لنت لہم اللہ نے اللہ دی رحمت دے سبب میرے حبیبہ تو اینا واسطے ایسا نرم طبیعت ہے کہ جیڑا تیرے نہ لگ جاندا پھر تینو چھڈ کے نہیں ہو جاندا. میرے دوستو تے بزرگو اے ہن پہلو اے واقعات کافی پیش کیتے جا سکتے نے لیکن جس حد تک تفہیم دا تعلق ہے میں سمجھنا کہ میں ایک بات تواڈے ذہن نشین کر چکا کہ صحابہ دی جماعت مکی دور وچ انہاں پروانہ وار اپنی جاناں قربان کر دتیاں اہل و عیال دیاں جاناں قربان کر دتیاں انہاں وطن قربان کر دتا انہاں مال قربان کر دتے لیکن محمد مصطفیٰ صلی اللہ علیہ وسلم دے تعلق تے محبت وچ فرق نہیں آیا. یہ ادو ہی بندہ اتوں تک اپڑتا نا جدو پتا ہوئے پی اے دی بڑی قدر و قیمت آ جڑی شایا ہوں ویکھو نا ایک پاسے سرکار نے تے ایک پاسے عزیز جان ہے لیکن پروانہ آندا کی ہے میری جان نکل سکتی ہے لیکن میں محمد مصطفیٰ نو نہیں چھڈ سکتا میرے بچے قربان ہو سکتے نے میں محمد مصطفیٰ نو نہیں چھڈ سکتا میرا اہل و عیال قربان ہو سکتا میں محمد مصطفیٰ نو نہیں چھڈ سکتا. تو اے سارے محبت دے نتیجے نے تے محبت کیوں آ کہ جو شے رب نے سانو اے جہان وچ دے چھڈی اے دے نال دی دنیا چ شے اس واسطے وہ قربانیاں دیندے سن اس واسطے وہ جانا دیندے سن. اوہ دی لڑائی وچ جدو حضرت مصعب بن عمیر شہید ہوئے تے بڑے وجیہ تے خوبصورت سن انہاں دی جسلے موت واقع ہو چکی تے شیطان نے رولا پا دیتا قد قتل محمد صلی اللہ علیہ وسلم محمد مصطفیٰ قتل ہو گئے معاذ اللہ. صحابہ دی جماعت لڑدی لڑدی اوپر بہ گئی متھے پھڑ کے حضرت انس بن نظر رضی اللہ تعالیٰ نو آیا آخر لگیو بہ گئے آخر لگے بہیے نہ تے کی کریے جس شمع تے پروانے قربان ہونے واسطے آئے ہوئے سن وہ شمع ہی بجھ گئی سرکار دنیا تو رخصت ہو گئے نے. ہن تسی حضرت انس بن نظر دے لفظ ذرا نوٹ کرو حضرت انس بن نظر رضی اللہ تعالیٰ عنہ انہوں نے کہنے لگے ہو جے سرکار دنیا تو چلے گئے نے تے بہ گئے سب موت والا ماتا محمد صلی اللہ علیہ وسلم جدھر جہاناں دا پیر گیا ادھر مگر تسی لنگ وہ محبت دا تقاضا تے کہ تسی سرکار دے مگر لنگ جاؤ تسی متھے پھڑ کے بہ گئے. سعد بن ربیع رضی اللہ تعالیٰ نو غالباً اے آخری لمحے نے سرکار نے آکھا میرا فلانا مرید ویکھو صحابہ نے آن کے ویکھیا تے آخری لمحے تے اللہ دے رسول دا سلام صحابہ نو صحابہ نے پہنچایا تے اے اگوں آکھن لگیو میری حالت ویکھ لیو مینوں جہاناں دے پیر نے سدیا تے میری حالت ویکھ لیو میں آخری لمحیاں وچاں تے میں ہن جا نہیں سکدا میرا عذر وی پیش کریو تے میرا سلام وی عرض کریو ایک پیغام اپنے نام میرا لے جاؤ جنا چر تک ایک بھی اکھ تہاڈی چمکن والی اس دنیا وچ باقی رہی اگر دشمن محمد مصطفیٰ تے پہنچ گیا تسی قیامت والے دن اللہ دے دربار کوئی عذر نہیں پیش. یہ نعمت لبھی سی او دی خوشی ویکھو انہاں دے دلاں وچ او دا کیا ویکھو انہاں دے دلاں وچ کنا تے جسلے سرکار مدینے پاک گئے نے حضرت برا بن عازب رضی اللہ تعالیٰ عنہ آندے نے مار آئے تو اہل المدینہ تے فارے ہو بے شین فراہم بے لقدوم ہی میں جس مدینے وچ مدینے والیاں نوں کدی اینا خوش ہوندیاں نہیں ویکھیا جنا چاہ مدینے والیاں نوں محمد مصطفیٰ دے آن اتے چڑھیا سی جنا چاہ مدینے والیاں نے سرکار دے آن دا کیتا ہے اونا چاہ میں مدینے والیاں وچ کدی نہیں ویکھیا تے اے دے وچ اے نہیں بھائی بالغ مرد تے عورتاں نے چاہ کیتا ہے صحابی دا بیان ہے آندا ریت الولا دا ریت الولا دا وسبیانا یقولون ھذا رسول اللہ کب جا
ਮੈਂ ਮਦੀਨੇ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਨਿੱਕਿਆਂ ਨਿੱਕਿਆਂ ਬੱਚਿਆਂ ਨੂੰ ਨਿੱਕਿਆਂ ਨਿੱਕਿਆਂ ਨਿਆਣਿਆਂ ਨੂੰ ਚਾਹ ਨਾਲ ਭੱਜੇ ਫਿਰਦਿਆਂ ਵੇਖਿਆ ਤੇ ਆਪਣੀ ਜ਼ਬਾਨ ਨਾਲਾਂ ਦੇ ਕਿਨੇ ਹਾਜ਼ਾ ਰਸੂਲੁੱਲਾ ਕੱਦ ਜਾ ਇਹ ਅੱਲਾ ਦਾ ਰਸੂਲ ਸਾਡੇ ਕੋਲ ਆ ਗਿਆ ਸੀ ਬੜੇ ਕਿਸਮਤਾਂ ਵਾਲੇ ਚਾਹ ਕਰਦੇ ਨੇ ਬੱਚੇ ਵੀ ਤੇ ਸਿਆਣੇ ਵੀ ਤੇ ਖੁਸ਼ੀਆਂ ਵਿੱਚ ਫਿਰਦੇ ਨੇ ਪਾਉਂਦੇ ਚਾਹ ਨਾਲ ਪੈ ਜ਼ਿਕਰ ਕਰਦੇ ਨੇ ਹਾਜ਼ਾ ਰਸੂਲੁੱਲਾ ਕੱਦ ਜਾ ਇਹ ਅੱਲਾ ਦਾ ਰਸੂਲ ਸੱਲਾ ਸੱਲਮ ਤਹਕੀਕ ਸਾਡੇ ਕੋਲ ਤਸ਼ਰੀਫ ਲੈ ਆਇਆ ਹੈ ਤੇ ਹਬਸ਼ੀ ਲੋਕ ਜਿਹੜੇ ਨੇ ਲਾਇਬਤਿਲ ਹਬਸ਼ਾ ਤੋਂ ਬੇਹਰਾ ਬੇਹਮ ਹਬਸ਼ੀਆਂ ਨੇ ਜੰਗੀ ਕਰਤਬ ਦਾ ਮੁਜ਼ਾਰਾ ਕੀਤਾ ਬਰਛੇ ਹੱਥ ਵਿੱਚ ਫੜੇ ਹੋਏ ਨੇ ਤੇ ਜੰਗੀ ਕਰਤਬ ਦਾ ਸਰਕਾਰ ਦੇ ਆਉਣ ਉੱਤੇ ਖੁਸ਼ੀ ਨਾਲ ਉਹਨਾਂ ਨੇ ਮੁਜ਼ਾਰਾ ਕੀਤਾ ਫਿਰ ਹਦੀਸ ਵਿੱਚ ਆਉਂਦਾ ਹਜ਼ਰਤ ਅਨਸ ਰਜ਼ੀ ਅੱਲਾਹ ਤਾਲਾ ਅਨਹੋ ਬਿਆਨ ਕਰਦੇ ਨੇ ਕੀ ਆਂਦੇ ਨੇ ਮਾਰੈ ਤੋ ਯੌਮਨ ਮਾਰੈ ਤੋ ਯੌਮਨ ਹਜ਼ਰਤ ਅਨਸ ਦਾ ਬਿਆਨ ਹੈ ਕਿ ਮੈਂ ਉਸ ਕਦਰ ਮਦੀਨੇ ਵਾਲਿਆਂ ਨੂੰ ਜਾਂ ਮਦੀਨੇ ਦੇ ਅੰਦਰ ਉਸ ਕਦਰ ਖੁਸ਼ੀ ਨੀ ਹਾਂ ਮਾਰੈ ਤੋ ਯੌਮਨ ਜਿੱਦਣ ਸਾਥ ਜਹਾਨਾਂ ਦੇ ਪੀਰ ਮੁਹੰਮਦ ਮੁਸਤਫਾ ਸੱਲੱਲਾ ਅਲੈਹ ਸੱਲਮ ਜਿਸ ਦਿਨ ਮਦੀਨੇ ਪਾਕ ਤਸ਼ਰੀਫ ਲਿਆਏ ਨੇ ਹਜ਼ਰਤ ਅਨਸ ਦਾ ਬਿਆਨ ਹੈ ਕਿ ਮੈਂ ਉਸ ਦਿਨ ਵਰਗਾ ਸੋਹਣਾ ਦਿਨ ਮੈਂ ਉਸ ਦਿਨ ਵਰਗਾ ਚਾਨਣ ਵਾਲਾ ਦਿਨ ਮੈਂ ਉਸ ਦਿਨ ਵਰਗਾ ਖੂਬਸੂਰਤ ਦਿਨ ਨਹੀਂ ਵੇਖਿਆ ਜਿੱਦਣ ਜਹਾਨਾਂ ਦਾ ਪੀਰ ਮਦੀਨੇ ਪਾਕ ਯਾਨੀ ਦਿਨ ਇੰਨਾ ਮੁਨੱਵਰ ਤੇ ਚਾਨਣ ਵਾਲਾ ਸੀ ਜਦੋਂ ਸਰਕਾਰ ਹੈ ਅਸੀਂ ਆਨੇ ਨਾ ਸਾਡੇ ਘਰ ਤਾਂ ਚਾਨਣ ਲੱਗ ਗਏ ਅਸੀਂ ਬੜੇ ਭਾਗ ਵਾਲੇ ਉਹ ਸਿਆਬੀ ਬਿਆਨ ਕਰਦਾ ਜਿੱਦਣ ਸਰਕਾਰ ਮਦੀਨੇ ਤਸ਼ਰੀਫ ਲਿਆਏ ਨੇ ਉਸ ਦਿਨ ਫਰਮਾਇਆ ਉਹ ਦਿਨ ਹੀ ਇੰਨਾ ਚਾਨਣ ਵਾਲਾ ਤੇ ਇੰਨਾ ਸੋਹਣਾ ਸੀ ਮੈਂ ਉਹਦੇ ਵਰਗਾ ਸੋਹਣਾ ਦਿਨ ਹੀ ਅੱਗੋਂ ਪਿੱਛੋਂ ਨਹੀਂ ਕਰੀਏ ਫਿਰ ਉਹ ਬਿਆਨ ਕਰਦੇ ਨੇ ਲੰਮਾ ਕਾਨ ਅਲੀ ਯੌਮੁਲਾ ਦੀ ਦਾਖਲ ਅਫੀ ਹੈ ਅਲੈਨ ਰਸੂਲਲਾ ਸੱਲੱਲਾ ਸੱਲਮ ਅਲ ਮਦੀਨਾ ਤਾ ਅਜ਼ਾ ਮਿਨਹੁ ਕੁੱਲੋ ਸ਼ੈਨ ਉਹ ਜਿੱਦਣ ਜਹਾਨਾਂ ਦਾ ਪੀਰ ਮਦੀਨੇ ਦੀਆਂ ਗਲੀਆਂ ਵਿੱਚ ਤਸ਼ਰੀਫ ਲਿਆਏ ਨੇ ਅਜ਼ਾ ਮਿਨਹੁ ਕੁੱਲੋ ਸ਼ੈਨ ਮਦੀਨੇ ਪਾਕ ਦੀ ਹਰ ਸ਼ੈ ਵਿੱਚ ਚਾਨਣ ਲੱਗ ਗਿਆ ਹੈਂ ਸ਼ਹਿਰ ਚਮਕ ਉੱਠਿਆ ਸਾਰਾ ਅਜ਼ਾ ਮਿਨਹੁ ਕੁੱਲੋ ਸ਼ੈਨ ਉਸ ਦਿਨ ਹਰ ਸ਼ਹਿ ਮਦੀਨੇ ਦੀ ਰੌਸ਼ਨ ਹੋ ਗਈ ਸੀ ਇੰਨਾ ਚਾਹ ਤੇ ਖੁਸ਼ੀ ਦੇ ਮੁਜ਼ਾਰੇ ਹੋ ਰਹੇ ਸਨ ਜਦੋਂ ਸਰਕਾਰ ਆਏ ਹੁਣ ਮੇਰੇ ਦੋਸਤੋ ਤੁਸਾਂ ਇਹ ਮਾਲੂਮ ਕੀਤਾ ਕਿ ਮੱਕੇ ਵਿੱਚ ਸਿਹਾਬਾ ਜਿਸ ਤਰ੍ਹਾਂ ਨਾਲ ਇਸ ਨਿਮਤ ਉਜ਼ਮਾ ਦੀ ਕਦਰ ਦਾ ਇਜ਼ਹਾਰ ਕਰ ਸਕਦੇ ਸਨ ਇਸ ਨਿਮਤ ਦੇ ਨਾਲ ਮੁਹੱਬਤ ਦਾ ਇਜ਼ਹਾਰ ਕਰ ਸਕਦੇ ਸਨ ਇਹਦੀ ਖੁਸ਼ੀ ਦਾ ਇਜ਼ਹਾਰ ਕਰ ਸਕਦੇ ਸਨ ਉਹਦਾ ਵੀ ਤੁਸਾਂ ਵਾਕਿਆ ਸੁਣੇ ਨੇ ਕਿ ਉਹਨਾਂ ਪਰਵਾਨਿਆਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਲੇਕਿਨ ਇਸ ਨਿਮਤ ਦੀ ਸਹੀ ਕਦਰ ਕਰਕੇ ਵਿਖਾ ਦਿੱਤੀ ਔਰ ਇਹਦਾ ਚਾਹ ਕਰਕੇ ਵਿਖਾ ਦਿੱਤਾ ਤੇ ਇੱਥੇ ਜਿਸਲੇ ਮਦੀਨੇ ਸਰਕਾਰ ਆਏ ਸਾਰੇ ਮਦੀਨੇ ਵਿੱਚ ਖੁਸ਼ੀ ਦੀ ਲਹਿਰ ਮਦੀਨਾ ਸਾਰਾ ਖੁਸ਼ੀ ਨਾਲ ਚਮਕ ਗਿਆ ਉਹ ਦਿਨ ਬੜਾ ਖੁਸ਼ੀ ਵਾਲਾ ਇਹ ਸਿਹਾਬਾ ਦੇ ਬਿਆਨ ਨੇ ਆਓ ਮੇਰੇ ਦੋਸਤੋ ਹੁਣ ਜ਼ਰਾ ਦੂਜਾ ਪਾਸਾ ਇਸਦਾ ਅਸੀਂ ਵੇਖ ਲਈਏ ਇਹਦਾ ਦੂਜਾ ਰੁਖ ਉਹਦਾ ਵੀ ਮੁਤਾਲਾ ਕਰ ਲਈਏ ਕਿਉਂਕਿ ਮੈਂ ਇਹ ਬਾਤ ਦੱਸੀ ਸੀ ਕਿ ਜਿਹੜੀ ਸ਼ਹਿ ਦੁਨੀਆਂ ਵਿੱਚ ਨਿਮਤ ਹੈ ਉਹਦੇ ਹਾਸਲ ਹੋਣ ਨਾਲ ਸਾਨੂੰ ਖੁਸ਼ੀ ਤੇ ਮਸਰਤ ਹੈ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਾਰੇ ਜਹਾਨ ਵਿੱਚੋਂ ਉਜ਼ਮਾਂ ਉਜ਼ਮਾਂ ਨਿਮਤ ਹੈ ਸਭ ਤੋਂ ਵੱਡੀ ਨਿਮਤ ਹੈ ਸਾਰੇ ਜਹਾਨ ਦੀਆਂ ਨਿਮਤਾਂ ਦੇ ਮੁਕਾਬਲੇ ਵਿੱਚ ਆਲਾ ਤੇ ਬਾਲਾ ਨਿਮਤ ਹੈ ਇਹ ਨਿਮਤ ਜਦੋਂ ਆਈ ਹੈ ਇਹ ਨਿਮਤ ਜਦੋਂ ਮਿਲੀ ਹੈ ਉਹ ਵੀ ਤੁਸਾਂ ਜ਼ਰਾ ਜਾਇਜ਼ਾ ਲੈ ਲਿਆ ਕਿ ਸਿਹਾਬਾ ਨੇ ਕਿਸ ਕਦਰ ਖੁਸ਼ੀ ਦਾ ਮੁਜ਼ਾਹਰਾ ਕੀਤਾ ਉਹ ਨਿਮਤ ਜਦੋਂ ਰਸੂਲਲਾ ਦੀ ਹਸੀਅਤ ਨਾਲ ਆਈ ਹੈ ਅਰਸ਼ਾਂ ਵਾਲੇ ਵੀ ਅਸਮਾਨ ਉੱਤੋਂ ਮੋਮਨਾ ਉੱਤੇ ਆਪਣਾ ਅਹਿਸਾਨ ਜਿਤਾ ਦਿੱਤਾ ਉਹ ਮੈਂ ਮੁਹੰਮਦ ਮੁਸਤਫਾ ਸੱਲਲਾ ਸਲਮ ਜੈਸਾ ਤੁਹਾਨੂੰ ਰਸੂਲ ਅਨਾਇਤ ਫਰਮਾਇਆ ਹੈ ਤੇ ਮੇਰਾ ਅਹਿਸਾਨ ਜੇ ਜਦੋਂ ਮੈਂ ਉਹਨੂੰ ਤੁਹਾਡੇ ਵਿੱਚ ਮਬੂਸ ਫਰਮਾ ਦਿੱਤਾ ਹੁਣ ਦੂਸਰਾ ਰੁਖ ਹਦੀਸ ਵਿੱਚ ਆਉਂਦਾ ਹੈ ਨਬੀ ਸੱਲੱਲਾ ਅਲੈਹਿ ਵਸੱਲਮ ਬਿਮਾਰ ਨੇ ਆਪਣੀ ਬਿਮਾਰੀ ਦੇ ਦੌਰਾਨ ਵਿੱਚ ਸਰਕਾਰ ਮਸੀਤੇ ਤਸ਼ਰੀਫ ਲਿਆਏ ਜਾਲਸ ਅਲਲ ਮਿੰਬਰ ਮਿੰਬਰ ਉੱਤੇ ਸਰਕਾਰ ਬੈਠੇ ਨੇ ਤੇ ਅੰਜ ਬਹਿ ਕੇ ਫਰਮਾਉਂਦੇ ਨੇ ਇਨ ਅੱਲਾਹ ਖਯਰ ਅਬਦਨ ਮਿਨ ਜ਼ਹਰਤਿ ਦੁਨੀਆ ਮਾ ਵਮਾ ਸ਼ਾ ਅੱਲਾ ਨੇ ਇੱਕ ਬੰਦੇ ਨੂੰ ਇਖਤਿਆਰ ਦਿੱਤਾ ਹੈ
کہ جو کچھ اللہ دے پاس موجود ہے وہ چاہے تے پاویں وہ لے لوے تے پاویں اس دنیا دیاں نعمتاں لے لوے, جو لینا سو دعاں وچوں او دا فیصلہ کر لوے, پاویں آخرت دیاں نعمتاں لے لوے تے پاویں ہن دنیا وچ جو نعمت چاہے اسی اونوں مہیا کر دیئے, ایسو عیش و آرام دے اسباب مہیا کر دیئے. حضرت نے فرمایا فختار ما اندہ, حضرت نے وہ نعمت پسند کیتیاں نے جڑیاں عرشاں والے نے اگے وہ واسطے تیار کیتیاں. جدو حضرت نے اینی گل کیتی فبکا ابو بکر رضی اللہ تعالیٰ عنہ, ابو بکر صدیق رضی اللہ تعالیٰ عنہ زارو قطار رو پے, آکھن لگے فدائنا کا بے امہاتنا و ابائنا, پر رب دیا حبیبا ساڈے ماں پیو تیرے تے قربان, ساڈے باپ تیرے تے رب دیا حبیبا قربان, تے زارو قطار رو پے. حضرت خورے کہڑے بندے دی گل کرتے نے تے انہیں محمد مصطفیٰ نو سمجھ لیا. میرے دوستو جسلے مسئلہ سامنے آیا تے صحابہ دا اپنا ہی بیان ہے کہ ابو بکر صدیق ساڈے نال چنگا جانتا. ہن میرا مطلب ہے کہ اج سرکار ممبر تے بیٹھے ہوئے زارو اے مسئلہ بیان جسلے کیتا تے ابو بکر صدیق رو پے, جسے رو پے تے سیابا نے پوچھا بھی یہ تا کسے اور بندے دی گل ہے تسی رو پے ہو, تے سرکار فرمان لگے کسے اور دی گل نہیں جے تے محمد مصطفیٰ دی بات جے. انہاں نوں اللہ نے اور بلا لیا تے سرکار جان واسطے تیار ہو گئے نے, ساڈی جدائی جہاناں دے پیر محمد مصطفیٰ نال پے. میرے دوست وے چند دن بعد موت دا مسئلہ سامنے آیا ہے, اج جسے او دا تصور سامنے آیا تے ابو بکر صدیق دارو قطار ہو. اسی طرح حجات الوداع دا موقع ہے, حضرت نے عرفات دے میدان وچ جتھے تقریباً 1.5 لاکھ صحابہ موجود ہے, مرید موجود ہے, اللہ نے آیت نازل فرمائی الیوم اکملت لکم دینکم واتممت علیکم نعمتی ورضیت لکم الاسلام دینا, اج دے دن اساں تہاڈا دین مکمل فرما دتا. یہ جسلے خبر آئی نا کہ او ایک بزرگ ادھروں نے رونا شروع کر دیتا, صحابہ نے ویکھو کدی خوشخبری دی بات آئی آسمان تو, دین دے مکمل ہون دی چاہ دا موقع تے انہیں رونا شروع کر دیتا. اگر پوچھتے نے کہ کیوں جی بزرگو کیوں روندے جے, کہن لگے جیڑی ایت تہانوں دین دے مکمل ہون دی خوشخبری سنا رہی ہے نا, او ایت مینوں محمد مصطفیٰ دی موت دا سنیا پی. سرکار نے ساڈے وچوں رہنا لیے کون ہے رون والا؟ حضرت عمر رضی اللہ, حضرت عمر پیار آندا ہے. یہ 3 مہینے بعد تقریباً واقعہ پیش آندا, 3 مہینے بعد. تے اج حضرت دا اس ایت وچوں موت دا تصور معلوم کر کے تے حضرت عمر 3 مہینے پہلے اس تصور نہ رو رہے. میرے دوستو ذرا اندازہ کرو, حضرت فاطمہ رضی اللہ تعالیٰ نے حدیث چاہتا ہے, حضرت ابن عباس بیان کرتے ہیں لما نازلت انا فتحنا لك فتحا مبینا, اے ہوئی نہیں نہیں وہ چھوٹی تین آیتوں کی سورت جیدے وچ آ کہ اے میرے نبی اساں تانوں فتوحات نیت فرمائیاں, اذا جاء نصر الله والفتح ورأيت الناس يدخلون في دين الله افواجا فسبح بحمد ربك واستغفر انه كان توابا. اے جسلے ایتاں اتریاں اے سورت اتری, حضرت نے حضرت فاطمہ نو بلایا تے فرمان لگے میری بچڑی نوئیت الیا, او میری موت دا سنیا لے آئی وا سورت, اے صورت وچ میری موت دا سنیا آ گئی. حدیث وچ آندا فبقت فاطمہ رضی اللہ تعالی عنہا, بیٹی محمد مصطفیٰ دی موجودگی وچ جسلے سرکار نے اپنی موت دی خبر دتی تے رونا شروع کر, موت دی خبر دتی تے رونا شروع کر دتا. میرے دوستو جیڑا جیڑا واقعہ میں تہاڈی خدمت وچ عرض کر رہا او دا حوالہ میرے ذمے ہے, تسلی کرنی ہوئے تے جمعے دے بعد میں حوالے اللہ دے فضل کرم نال وکھاؤن نوں ایتھے تیار ہاں کہ حضرت فاطمہ نوں پتہ لگا کہ میرے ابے نے دنیا تو ٹر جانا تے زارو قطار رو زارو قطار رو رہیاں نے,
حضرت علی رضی اللہ تعالیٰ عنہ جس نے سرکار فوت ہوئے تے کھلو کے آکھن لگے لولا انا کن ہے تانل جدے ول فدے لان فدنا علیک ما شون. رب دے حبیبا کدی جدا فدا تے رون کر لان تو تسا سانو منع نہ کیتا ہوندا اج تہاڈی موت دا ساڈیا دنا تے اینا صدمہ ہے کہ اسی اج اینا روندے کہ اپنے جسم دا سا پانی ختم کر. اے حضرت علی رضی اللہ تعالیٰ عنہ پہ بیان کرتے ہیں. آؤ حضرت ابن عباس رضی اللہ تعالیٰ عنہ ایک دن بیٹھے نے حضرت دی وفات دے بعد کئی دن بعد کئی چیر بعد تے بیٹھے بیٹھے آنے کی نے یوم الخمیس وما یوم الخمیس جمعہ رات دا دن ہے جمعہ رات دا دن اینی گل آکی فبکا تے پھر زارو قطار رو پے تے اینا روئے بلہ دمول ہسا اینا آنسو کرے اینے آنسو گرے کہ اے جڑیاں کے کہیں کریاں سن سیا بیدا بیانے اتارو چھپڑ جوے آنکھ دے رو رو اگے چھپڑ لگ گیا. اوے حضرت ابن عباس دے اگے چھپڑ لگ گیا رو رو کے تے آنکھیں کی جمعہ رات دا دن ہے جمعہ رات دا دن. صحابہ نے پوچھیا سرکار جمعہ رات نو کی ہویا تھی کی گالیا جمعہ رات دی. حضرت ابن عباس آن نے اشتدتا بے رسول اللہ صلی اللہ علیہ وسلم وجہ ہو سرکار نے جمعہ رات والے دن بڑی تکلیف دی جا بڑی وہ کلم دعات والا دن جے وہ دن بڑی تکلیف تھی ذات دے سرکار عالی نو وہ چیتا کر کے جناب دا دکھ تے حضرت ابن عباس مگر رون دیا ہے وہ رون دیا ہے. وہ میرے دوستو بات بڑی لمبی حضرت فاطمہ جس لے سرکار جہان تو ٹر گئے نے تے آدیاں نے سبت علیہ مصائب اللہ انہا سبت علیہ میں سر نہ لیا لیا تو آدھی وفات دی وجہ نال ساڈے اتے اج اینا صدمہ پی گیا ہے کدی یہ صدمہ اینا روشن دن اتے پی جاوے تے کدی دن نہ چڑھدا ہنیرا ہو جاندا سورج ظلمت دیا پردیاں وچ آ جاندا تہاڈی وفات دا اینا دکھ ساڈیاں چھاتیاں اینا صدمہ ساڈیاں دلاں نوں سرکار اور صحابہ نے نبی صلی اللہ علیہ وسلم دی وفات اتے شعراں وچ اپنے دلاں دا سمجھ لو اظہار کیتا کیفیت دا کہ رب دیا حبیبا سانوں تیری موت تے وفات دا بڑا صدمہ. ابو بکر صدیق جس لے آئے نے اپنے گھروں کپڑا اٹھا کے بوسا دیتا ہے رو پہ رب دیا حبیبا میں پہلا جانا سی تو میں لاگے فرق سے. میرے دوست اور بزرگوں ذرا تصور دی دنیا چلیو کہ صحابہ دی جماعت جے پہلا تصور میں چاہوں تے حضرت عمر رو رہے پہلا تصور چاہوں ہے حضرت صدیق اکبر رو رہے اگر بعد میں چیتا ہوں تے حضرت ابن عباس رو رہے ہیں اور حضرت عثمان رضی اللہ تعالیٰ عنہ بعد میں چیتا آ گیا تے اس طرح مبہوت بیٹھا ہے. حضرت عمر نے سلام علیکم نہیں جواب نہ دیتا انہیں آن کے ابو بکر صدیق دی خدمت کی شکایت کی تھی کہ عثمان نے میرے سلام کا جواب نہیں دیتا. خلیفہ المسلمین اور حضرت عمر رضی اللہ تعالیٰ بنفس نفیس ہوتے پہنچے حضرت ابو بکر صدیق نے پوچھا تو سلام کا جواب نہیں دیتا وہ کہنے لگے مینوں انہیں کدو سلام آکھیا تے میں جواب نہ دیتا. انہیں آکھیا میں آیا سا تسا جواب نہیں دیتا. انہیں آکھیا جدو کتے آیا پھر میرے دل دی کیفیت ایسی کہ میں حضور دی موت دے وفات دے صدمے وچ اس لیے گھر کو آیا تھا مینوں نہ تیرے آن دا پتا تے نہ تیرے سلام دا. یہ بعد وچ کڈو حدیث دیاں کتاباں کڈو او دور جان دی تانوں لوڑ نہیں پینی جنیاں مسئلے بیان کر رہے ہیں سارے مشکات چ مل جائے مشکات شریف چ مل جان گے. میرے دوستو تانوں پتا ہے کہ صحابہ نے حضرت دی وفات دے بعد جڑے درویش مسیتے کٹے اصحاب صفا تے طالب علم کیوں میں بسترے بن کے نکلنا گیا او مدینہ چھڈ کے ٹر گیا صحابی کیوں سرکار دے بعد ساڈا مدینے وچ جی نہیں لگتا یا تو آخو مسئلہ غلط ہے. اگر مسئلہ صحیح ہے تو میں پوچھا گا کہ خوشی نال مدینہ چھڈ کے جا رہے ہیں یا دل سے صدمے لگ رہے. حضرت بلال بھی ٹرے نے صحابہ نے روکیا بھائی سرکار اساں نہیں جان دینا انہیں آخیا میں رہ نہیں سکتا. صدیق اکبر رضی اللہ تعالیٰ نے بنفس نفیس آ کے روکیا کہ اے ابو اے بلال تینوں جان دی اجازت نہیں. عرض کی تھی سرکار تسا مینوں ظالماں دے چنگل چوں نجات دلائی تسا میرے پیسے بھرے
جے تاں ذات واسطے آزاد کرایا جے میں تہاڈا غلام ہاں جتھے کھڑا کرو گے کھڑا ہو جاؤں گا جتھے بہو گے بیٹھا رہاں گا تے جے رب واسطے آزاد کرایا ہے میں خدا دا واسطہ دے کے آکھاں گا میرا رستہ چھڈ دیو محمد مصطفیٰ دے بعد میرا جی میرے دوستو تے بزرگو کس پاسے جہان پہ گئے کیوں جہان سملا ہو گیا ہے؟ اوے حضرت نے فرمایا میرے امتی اگر تینوں دنیا چ کوئی جان کا صدمہ پہنچے تو میری موت نو چیتے کر میرے نالوں وڈا تا صدمہ نہیں نا کسے میرے امتی نو اے سرکار نے فرمایا میرے دوست ہے حضرت فاطمہ نو کچھ جی دا ابا ٹر گیا ابو بکر صدیق نو کچھ جی دا مرشد ٹر گیا ہے حضرت عمر فاروق نو کچھ حضرت علی نو کچھ حضرت عثمان نو کچھ حضرت ابن عباس نو کچھ امہات المومنین نو کچھ اوے حضرت بلال نو کچھ تے حضرت معاذ بن جبل نو ہاں معاذ بن جبل نو مکیوں ٹوریا حج دے موقع تے یمن کئی وار گل سنی ہے جسلے تقریباً تین مہینے گزر گئے تے حضرت معاذ رضی اللہ تعالی عنہ اتوں ٹر پایا آخر لگے بھائی میں دوست کو چلیا میں نہیں جی اتنے رہنا انہیں آخیا گل کی کہندہ معاذ میرا جی نہیں جی لگتا اوے کہندہ معاذ میرا جی نہیں جی لگتا اوے بج دیا دیوا چانن سارے ہی جگدا جٹھا جا خواب پامبڑ بل گیا اگ دا ہن چین نہ آوے میرے تائی معاذ نے کہا راتی خواب ایک آئی آ ਕਹਿੰਦਾ ਮਾਦ ਰਾਤੀ ਖਾਬ ਕੇ ਆਈ ਆਵੇ ਜਗ ਤੋਂ ਟੁਰ ਗਏ ਅੱਜ ਨਬੀ ਇਲਾਹੀ ਆ ਦਿਖਾ ਜਾ ਖਾਬ ਮੁੜ ਕੇ ਨੀਂਦ ਨਾ ਆਈ ਆ ਹੁਣ ਚੈਨ ਨਾ ਆਵੇ ਮੇਰੇ ਤਾਈ ਉਹ ਲੋਕਾਂ ਨੇ ਕਿਹਾ ਇਹ ਕੋਈ ਖਾਬ ਸ਼ੈਤਾਨੀ ਆ ਲੋਕਾਂ ਨੇ ਕਿਹਾ ਇਹ ਕੋਈ ਖਾਬ ਸ਼ੈਤਾਨੀ ਆਵੇ ਲਾਈ ਤੇਰੇ ਤਾਈ ਜਿੰਨੇ ਹੈਰਾਨੀ ਆ ਇਹ ਫਿਕਰ ਦੀ ਐਡੀ ਲੋੜ ਨਾ ਹੀ ਕਹਿਣ ਲੱਗੇ ਫਿਕਰ ਨਾ ਕਰ ਇਹ ਕੋਈ ਸ਼ੈਤਾਨੀ ਵਸਵਸਾ ਸ਼ੈਤਾਨ ਨੂੰ ਰੌਣਕਾਂ ਦੀਨ ਦੀਆਂ ਪਸੰਦ ਨਹੀਂ ਤੇ ਧੋਖਾ ਦੇਤਾ ਜਿਸ ਲਈ ਇੰਨੀ ਗੱਲ ਆਖੀ ਤੇ ਗੈਬੀ ਆਵਾਜ਼ ਆ ਗਈ ਕਸਮ ਖੁਦਾ ਦੀ ਨਾ ਇਬਲੀਸ ਸ਼ੈਤਾਨ ਖੁਦਾ ਦੀ ਨਾ ਇਬਲੀਸ ਸ਼ੈਤਾਨ ਮੈਂ ਮਲਕ ਇਲਾਹੀ ਭੇਜਿਆ ਰੱਬ ਰਹਿਮਾਨ ਜਿੱਦਣ ਮੱਕੇ ਉਰਵਾਲ ਗਈ ਯਮਨ ਨੂੰ ਪਈਏ ਉਦਣ ਵੀ ਅਸਮਾਨ ਵਾਲੇ ਨੇ ਫਰਿਸ਼ਤਾ ਭੇਜਿਆ ਸੀ ਵੀ ਮਾਦ ਨੂੰ ਭੇਜੋ ਤੇ ਜਿੱਦਣ ਸਰਕਾਰ ਜਹਾਨ ਤੋਂ ਰੁਖਸਤ ਹੋਏ ਨੇ ਜਿੰਨੇ ਰਵਾਨਗੀ ਆਪਣੇ ਆਡਰ ਨਾਲ ਪਾਈ ਸੀ ਉਹਨੇ ਜ਼ਿੰਮਾ ਸਮਝਿਆ ਕਿ ਮੈਂ ਦੱਸ ਦਿਆਂ ਵੀ ਇਹ ਮਾਦ ਤੇਰਾ ਮੁਰਸ਼ਿਦ ਜਹਾਨ ਤੋਂ ਟੁਰ ਗਈ ਫਰਿਸ਼ਤਾ ਭੇਜਿਆ ਕਸਮ ਖੁਦਾ ਦੀ ਨਾ ਇਬਲੀਸ ਸ਼ੈਤਾਨ ਹਾਂ ਮੈਂ ਮਲਕ ਇਲਾਹੀ ਭੇਜਿਆ ਰੱਬ ਰਹਿਮਾਨ ਹਾਂ ਦੇਵਾਂ ਗਵਾਹੀ ਟੁਰ ਗਿਆ ਨਬੀ ਸੁਲਤਾਨ ਸ਼ੱਕ ਇਸ ਵਿੱਚ ਜ਼ਰਾ ਨਹੀਂ ਉਹ ਮੈਂ ਫਰਿਸ਼ਤਾ ਮੈਂ ਮਾਦ ਨੂੰ ਵੀ ਜਹਾਨਾਂ ਦੇ ਪੀਰ ਮੁਹੰਮਦ ਮੁਸਤਫਾ ਟੁਰ ਗਏ ਨੇ ਦੁਨੀਆ ਤੋਂ ਹੁਣ ਰੋਂਦਿਆਂ ਵਿਦਿਆ ਕੀਤਾ ਸਾਰਿਆਂ ਹੀ ਯਾਰਾਂ ਨੇ ਆਂਦਿਆਂ ਵਿਦਿਆ ਕੀਤਾ ਸਾਰਿਆਂ ਹੀ ਯਾਰਾਂ ਨੇ ਓਏ ਲਾਇਓ ਏ ਮਾਦ ਉੱਜੜ ਗਈਆਂ ਗੁਲਜ਼ਾਰਾਂ ਨੇ ਆਉਣੀਆਂ ਕਦੇ ਨਾ ਇਹ ਬਹਾਰਾਂ ਨੇ ਲੈ ਗਿਆ ਜਿਹੜੀਆਂ ਅੱਲਾ ਸਾਈ ਮੇਰੇ ਦੋਸਤੋ ਤੇ ਬਜ਼ੁਰਗੋ ਤੁਸੀਂ ਦੋਵੇਂ ਰੁੱਖ ਮਾਲੂਮ ਕਰ ਚੁੱਕੇ ਕਿ ਜਹਾਨਾਂ ਦੇ ਪੀਰ ਦੀ ਖੁਸ਼ੀ ਕਿੰਨੀ ਹੈ ਤੇ ਜਿਸ ਲਈ ਨੇਮਤੇ ਉਜ਼ਮਾ ਅਰਸ਼ਾਂ ਵਾਲੇ ਨੇ ਇਹਨੂੰ ਬੁਲਾ ਲਿਆ ਜੇ ਪਹਿਲਾਂ ਪਤਾ ਲੱਗ ਗਿਆ ਤੁਰਨ ਤੋਂ ਤੇ ਤਾਂ ਰੋ ਰਹੇ ਨੇ ਬਾਅਦ ਵਿੱਚ ਚੇਤਾ ਆ ਗਿਆ ਤੇ ਤਾਂ ਰੋ ਰਹੇ ਨੇ ਤੇ ਜਿਸਲੇ ਮੌਕਾ ਸਾਹਮਣੇ ਆਇਆ ਤੇ ਤਾਂ ਰੋ ਰਹੇ ਨੇ ਉਹ ਦਿਲ ਗ੍ਰਿਫਤਾ ਹੋ ਗਏ ਹਜ਼ਰਤ ਅਨਸ ਨੂੰ ਹਜ਼ਰਤ ਫਾਤਮਾ ਰਜ਼ੀ ਅੱਲਾਹ ਤਾਲਾ ਨਾਲ ਫਰਮਾਉਂਦੀਆਂ ਨੇ ਅਨਸ ਮੈਨੂੰ ਇੱਕ ਮਸਲਾ ਦੱਸਦਾ ਤਾ ਬਤਲਕ ਮਨ ਫੁਸਕ ਮਨ ਤਾ ਸੁਤਰਾਬਾ ਅਲਾ ਰਸੂਲ ਅੱਲਾਹ ਸੱਲਾ ਸਲਮ ਅਨਸ ਤੁਸੀਂ ਤਾਂ ਮੇਰੇ ਅੱਬੇ ਦੇ ਪਰਵਾਨੇ ਬੜੇ ਬਣੇ ਹੋਏ ਸਾਜੇ ਤੇ ਤੁਹਾਨੂੰ ਜੁਰਤ ਤੇ ਹੌਸਲਾ ਕਿਵੇਂ ਪੈ ਗਿਆ ਕਿ ਮੇਰੇ ਅੱਬੇ ਦੀ ਕਬਰ ਤੇ ਮਿੱਟੀ ਪਾ ਕਿਸ ਤਰ੍ਹਾਂ ਪਾ ਦਿੱਤੀ ਹੁਣ ਹਜ਼ਰਤ ਅਨਸ ਦਾ ਬਿਆਨ ਸੁਣਵਾਨ ਮਾਨ ਫਦਨਾ ਐ ਦੀਨਾ ਅਸੀਂ ਅਜੇ ਮਿੱਟੀ ਜਿਹੜੀ ਪਾ ਰਹੇ ਸਾਂ ਹੱਥਾਂ ਨਾਲ ਉਹ ਹੱਥ ਨਹੀਂ ਸਨ ਝਾੜੇ ਅਨ ਕਰਨਾ ਕਲੂਬਾਨਾ ਸਾਡੀਆਂ ਦਿਲਾਂ ਉੱਤੇ ਇੰਨਾ ਅਸਰ ਪੈ ਗਿਆ ਸੀ ਕਿ ਅਸੀਂ ਸਮਝਦੇ ਸਾਂ ਕਿ ਸਾਡੀਆਂ ਛਾਤੀਆਂ ਵਿੱਚ ਦਿਲ ਨਹੀਂ ਰਹਿ ਸਾਡੀਆਂ ਛਾਤੀਆਂ ਵਿੱਚ ਦਿਲ ਨਹੀਂ ਰਹਿ ਗਏ ਮੇਰੇ ਦੋਸਤੋ ਤੇ ਬਜ਼ੁਰਗੋ ਮੇਰੀ ਗੁਜ਼ਾਰਿਸ਼ ਦਾ ਮਕਸਦ ਇਹ ਹੈ ਕਿ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਜਹਾਨ ਵਿੱਚ ਉਹ ਨੇਮਤ ਜਿਸ ਨੇਮਤ ਦਾ ਕਾਇਨਾਤ ਸਾਰੀ ਮਿਲ ਕੇ ਮੁਕਾਬਲਾ
نہیں کر سکتے تے عرشاں والے نے بھی وہ ایمان والیاں نوں احسان جتایا تے ایمان والیاں نے بھی جدو وہ نعمت رب کریم نے دتی ہے بحیثیت رسول جہانا دا پیر آیا پھر جیڑا لڑ لگ گیا انہیں سب کچھ تا قربان کر دیتا لیکن محمد مصطفیٰ دی محبت وچ فرق نہیں آن دیتا تے اس نعمت دی نہ قدری نہیں اور مدینے پاک وچ باغو بہار ہو گئی دنیا جس لے سرکار آئے نے تے جس لے جہان ٹریا ادو بھی تو تساں صحابہ دا ویکھ لیا نا کہ وہ آندے اسی اجے قبر تو مٹی پا کے ہاتھ نہیں چاڑے سڈیا دلوں کی کیفیت یہ سی کہ جیسے چھاتی وچ دل نہیں رہ یہ ساڈا حال ہے ہوں دوستو ایک پاسے تا جے آ پوزیشن تے دوجے پاسے آ ساڈی اج دی پوزیشن انہاں دوواں دا تقابل کرو اور اج حضرت فاطمہ رضی اللہ تعالی عنہا زندہ ہوندیاں تے خدا دی قسم تہانوں میرے بان تو پڑھ کے پوچھ کے تسی خوشی کیڑی گل کیڑی گل دی خوشی کر دیو میرا ابا ٹر گیا اس کا اگر صدیق اکبر ہوندے تانوں پوچھدے فاروق اعظم ہوندے تانوں پوچھدے او جڑے سرکار دی وفات نال دل گرفتہ ہو گئے نے تے جدوں چیتا آندا اودوں دل پھڑ کے بہ جاندے نے کہ اسی اس ویلے خوشیاں پہ منانے ہاں جدوں جہاناں دا پیر محمد مصطفیٰ پھر سرے مر گئے او ذرا اس دن وچ سرکار دا پتہ کرو آخا دا تو بہت شدیدت حضرت نوں گوتے دی خانسی جدوں کھنگ آؤں گی تے سا ڈب ڈب جانا اتنا دکھ سرکار نوں ہوے حدیث چاہتا اینا تاپ اینا بخار کہ جہانا دا پیر پانی کے ہاتھ مار مار کے تنج مار اینا للموت سکرات موت واسطے بے ہوشیاں تے غشیاں نے غشیاں پیندیاں تے حضرت فاطمہ کو رو ری وا کارا بابا اے میرے ابے دے دکھ او شان دیئے تے ہم نے میری بیٹی صبر کر حوصلہ کر اج دے بعد تیرے ابے نوں کوئی دکھ نہیں میرے دوستو انہاں نوں پوچھو اگر وہ موجود ہوندے وہ اج موجود ہوندے تے تانوں پوچھ دے کہ تینوں چاہ کیڑی گل تانوں خوشی کیڑی گل دیئے اے کیا دا پروگرام بنائی پھر دیو اے کی پہ کر دیو دوستا جے تا اے خوشی سادی صحیح ہے تے مسئلہ درست ہے تے پھر جنہاں لوکاں نے دکھ دا اظہار کیتا جنہاں نے صدمے دا پہلا وی اظہار کیتا موقع تے وی کیتا بعد وچ وی کیتا انہاں دے متعلق میں تیرے کولوں فتویٰ پوچھاں گا کہ انہاں دے متعلق تیری کی رہیا اے کی فتویٰ ہے کہ حضرت بلال مدینہ چھڈ کے چلا جا رہا کیوں چلا تو میرے دوستو میں اگر نامی تذکرہ کراں کسے بات دا تے تسی نتیجے نوں پہنچ گئے میرا مدعا تے مقصد ہوندا ہے مسئلہ سمجھاؤنا گل سمجھاؤنی تان تن تے چوٹ میرا مقصد نہیں ہوتا تے تو بھائی اگے اتوں دے افسر بڑے کرڑے نے ہاں بڑے کرڑے نے وہ سیرت النبی واسطے بھی چھٹی دینی انہوں نے اوکھی ہوئی قرآن حدیث سناؤن واسطے بھی وہ سمجھتے ہیں کہ فرق بم بار پڑا اور سب کچھ جہان چ ہوندا پھرے تے انہاں دیاں تربیتاں تے کوئی اثر نہ پوے جسلے مولوی دا پروگرام آوے تے جان تھر تھرا جاتی ہے تے کھورے کی بمب پی جانا انہاں دا میرے دوستو کچھ ہوش کرو جڑے لوگ تجاوز کرتے ہیں نہ سٹیجاں اتنے آن کے گندی زبان استعمال کرتے ہیں نہ سٹیجاں تے آن کے غلط قسم کی فتوا بازی کرتے ہیں نہ سٹیجاں تے آن کے ملک چ فتنہ پیدا کرن دے پروگرام نے سٹیجاں تو ادا کرتے ہیں انہوں واسطے تہاڈی سی آئی ڈی تر گئی ہے وہ تہاڈے رپورٹر کوئی نہیں انہوں کا ایکشن لاؤ انہوں کی زبان نو بند کرو نہ یہ کہ انہوں ویخ کے تے قرآن حدیث سناؤن والے اتنے بھی پابندی لا دینی وہ قرآن حدیث میں تہاڈے سامنے گھنٹہ تقریباً خطبہ دیتا ہے کوئی بندہ یہ مینو جمعے دے بعد آن کے دسے کہ تو سب لفظ بولے تو آ کسی نو مندا لفظ بولیا میرا ایک عقیدہ ہے میرا ایک نظریہ ہے میرا ایک ذہن ہے میرے سینے کے ایک تلق سے سارے میں وہ اظہار کر کے تو دسیا کہ یہ صدمے دا موقع سی یہ خوشی دا موقع نہیں جو اندازہ تھا اختیار کیتا ہے یہ دا پتہ لگتا اگر آلے رسول ایتھے اگر اس گھر والے ایتھے ہوندے تو پھر پتہ لگتا بھائی کس طرح نال یہ مسئلہ ہے اللہ دی ذات پاک مینو تانوں سارے نوں اس نعمت عظما دی صحیح طور تے قدر کرن دی توفیق عطا فرمائے خوشی اے دے وچ قدر اے دے وچ کہ اسی حضرت محمد مصطفیٰ صلی اللہ علیہ وسلم دی غلامی اختیار کریے نقش قدم تے چلیے پیروی کریے جا
ਜੋ ਸਰਕਾਰ ਫਰਮਾ ਗਏ ਨੇ ਉਹਦੇ 'ਤੇ ਅਮਲ ਕਰੀਏ, ਅਤੇ ਜਿਹੜਾ ਕੰਮ ਅਸਾਂ ਕੀਤਾ ਅਗਰ ਇਹ ਨੇਕੀ ਹੈ ਇਹ ਮਸਲਾ ਹੈ ਤਾਂ ਮੇਰਾ ਦਾਅਵਾ ਹੈ ਕਿ 40 ਸਾਲ ਮੁਹੰਮਦ ਮੁਸਤਫਾ ਸੱਲਾ ਸਲਮ ਦੇ ਨਬੂਵਤ ਦੇ ਐਲਾਨ ਤੋਂ ਪਹਿਲਾਂ ਗੁਜ਼ਰੇ ਨੇ, ਇਹਨਾਂ 40 ਸਾਲਾਂ 'ਚ ਕੋਈ ਦੁਨੀਆ ਦੀ ਤਾਕਤ ਸਬੂਤ ਮੁਹੱਈਆ ਕਰੇ ਕਿ ਕਮਲੀ ਵਾਲੇ ਨੇ ਕੋਈ ਇਸ ਤਰ੍ਹਾਂ ਦਾ ਇਕਦਾਮ ਕੀਤਾ ਹੋਵੇ। 23 ਸਾਲ ਨਬੂਵਤ ਦੇ ਗੁਜ਼ਰੇ ਨੇ, ਉਹਨਾਂ 23 ਸਾਲਾਂ ਵਿੱਚ ਸਰਕਾਰ ਨੇ ਕੋਈ ਪ੍ਰੋਗਰਾਮ ਇਹ ਬਣਾਇਆ ਹੋਵੇ। ਫਿਰ ਉਹਦੇ ਬਾਅਦ ਖੁਲਫਾਏ ਅਰਬਾ ਨੇ 30-32 ਸਾਲ ਉਹਨਾਂ ਦਾ ਦੌਰ ਹੈ, ਉਹਨਾਂ ਤੋਂ ਸਾਬਤ ਕਰੋ, ਕਿਉਂ ਇਮਾਮਾਂ ਤੋਂ ਸਾਬਤ ਕਰੋ, 1,44,000 ਸਿਹਾਬੀ ਤੋਂ ਸਾਬਤ ਕਰੋ ਕਿ ਅਗਰ ਉਹਨਾਂ ਨੇ ਖੁਸ਼ੀ ਮਨਾਈ ਹੈ, ਹਵਾਲਾ ਮਤਲੂਬ ਹੈ, ਸਬੂਤ ਮੁਹੱਈਆ ਕਰੋ। ਅਗਰ ਨਹੀਂ ਮਨਾਈ ਤਾਂ ਫਿਰ ਇਸਦਾ ਮਾਨ ਆਇਆ ਕਿ ਜਿਹੜੀ ਅਸੀਂ ਖੁਸ਼ੀ ਮਨਾਉਂਦੇ ਹਾਂ ਇਹ ਉਹਨਾਂ ਸਿਹਾਬਾਂ ਦੇ ਵੀ ਖਿਲਾਫ ਹੈ, ਇਹ ਕਿਉਂ ਇਮਾਮਾਂ ਦੇ ਵੀ ਖਿਲਾਫ ਹੈ, ਕਿਉਂ ਖਲੀਫਿਆਂ ਦੇ ਵੀ ਖਿਲਾਫ ਹੈ, ਮੁਹੰਮਦ ਮੁਸਤਫਾ ਦੇ ਵੀ ਖਿਲਾਫ ਹੈ ਅਤੇ ਖੁਦਾ ਦੇ ਵੀ ਖਿਲਾਫ। ਮੇਰੇ ਦੋਸਤੋ, ਮੈਂ ਜਿਸ ਹੱਦ ਤੱਕ ਅੱਲਾ ਨੇ ਤੌਫੀਕ ਦਿੱਤੀ ਹੈ, ਇੱਕ ਮਸਲਾ ਜੋ ਅੰਦਾਜ਼ ਜਾਂ ਜੋ ਤਰੀਕਾ ਮੈਂ ਉਹਦਾ ਮੁਨਾਸਬ ਸਮਝਿਆ ਤੁਹਾਡੇ ਸਾਹਮਣੇ ਅਰਜ਼ ਕਰ ਦਿੱਤਾ। ਅੱਲਾ ਦੀ ਜ਼ਾਤ ਸਮਝਣ ਦੀ ਤੌਫੀਕ ਦੇ ਅਤੇ ਅਮਲ ਕਰਨ ਦੀ ਤੌਫੀਕ ਦੇ।